ਦੋਸਤੋ ਪੰਜਾਬ ਸਰਕਾਰ ਨੇ ਆਪਣਾ ਬਜਟ ਲੈ ਆਂਦਾ। ਜਦੋਂ ਵੀ ਬਜਟ ਦੀ ਗੱਲ ਚੱਲਦੀ ਹੈ ਤਾਂ ਆਮ ਲੋਕਾਂ ਨੂੰ ਲੱਗਦਾ ਹੁੰਦਾ ਕਿ ਜਿਹੜੀ ਬਜਟ ਦੀ ਆਹ ਪੋਟਲੀ ਹੈ ਜਿਹੜੀ ਕਦੇ ਕਾਗਜ਼ਾਂ ਦੇ ਰੂਪ ਦੇ ਵਿੱਚ ਹੁੰਦੀ ਸੀ ਅੱਜ ਕੱਲ੍ਹ ਡਿਜੀਟਲ ਹੋ ਗਈ। ਵੈਸੇ ਤਾਂ ਕੇਂਦਰ ਸਰਕਾਰ ਕਹਿੰਦੀ ਸੀ ਕਿ ਸਾਡਾ ਜਿਹੜਾ ਬਜਟ ਹੈ ਬਜਟ ਅਸੀਂ ਡਿਜੀਟਲ ਰੂਪ ਦੇ ਵਿੱਚ ਪੇਸ਼ ਕਰਾਂਗੇ, ਜਿਹੜੇ ਵਿੱਤ ਮੰਤਰੀ ਹੈਗੇ ਨੇ ਨਿਰਮਲਾ ਸੀਤਾਰਮਨ। ਤਾਂ ਤਮਾਮ ਤਰ੍ਹਾਂ ਦੀਆਂ ਚੇਂਜਾਂ ਹੁੰਦੀਆਂ ਗਈਆਂ, ਪਰ ਜਦੋਂ ਵੀ ਜਿਹੜੀ ਮੇਨ ਗੱਲ ਹੁੰਦੀ ਹੈ ਬਜਟ ਹੁੰਦਾ, ਜਿਹੜਾ ਜਦੋਂ ਬਜਟ ਪੇਸ਼ ਹੁੰਦਾ ਭਾਵੇਂ ਸਟੇਟ ਦਾ ਬਜਟ ਪੇਸ਼ ਹੋਵੇ ਜਾਂ ਉਹ ਕੇਂਦਰ ਦਾ ਬਜਟ ਪੇਸ਼ ਹੋਵੇ, ਲੋਕਾਂ ਨੂੰ ਲੱਗਦਾ ਹੁੰਦਾ ਕਿ ਜਿਹੜੀ ਬਜਟ ਦੀ ਆਹ ਪੋਟਲੀ ਹੈ ਇਸ ਵਾਰ ਜਦੋਂ ਖੁੱਲਣੀ ਹੈ ਤਾਂ ਖੌਰੇ ਸਾਡੇ ਲਈ ਪਤਾ ਨਹੀਂ ਇਹਦੇ ਚੋਂ ਕੀ ਨਿਕਲੇ ਆਉਣਾ, ਇਹੋ ਜਿਹਾ ਜਿਹੜੇ ਵਾਅਦੇ ਜਿਹੜੀਆਂ ਗੱਲਾਂ ਜਿਹੜੀਆਂ ਦਾਅਵੇ ਸਾਰੇ ਸਰਕਾਰਾਂ ਨੇ ਕੀਤੇ ਨੇ ਕਿ ਜੇ ਪਿਛਲੇ ਬਜਟ ਦੇ ਵਿੱਚ ਨਹੀਂ ਇਸ ਬਜਟ ਦੇ ਵਿੱਚ ਤਾਂ ਸਾਰੀਆਂ ਗੱਲਾਂ ਉਹ ਪੂਰੀਆਂ ਹੋ ਜਾਣਗੀਆਂ। ਕਹਿੰਦੇ ਕਿ ਤੁਸੀਂ ਦੇਖਿਓ ਕਿਵੇਂ ਕਰਜ਼ੇ ਮਾਫ ਹੋਣਗੇ, ਤੁਸੀਂ ਦੇਖਿਓ ਕਿਵੇਂ ਸਿਵਲ ਸੋਸਾਇਟੀ ਦੇ ਲਈ ਜਿਹੜੀਆਂ ਦਿੱਕਤਾਂ ਨੇ ਆਰਥਿਕ ਤੌਰ ਦੇ ਉੱਪਰ ਸਰਕਾਰ ਉਹਨਾਂ ਨੂੰ ਕਿਵੇਂ ਦੂਰ ਕਰਦੀ ਹੈ, ਕਿਵੇਂ ਜਿਹੜੀ ਐਜੂਕੇਸ਼ਨ ਹੁੰਦੀ ਹੈ ਐਜੂਕੇਸ਼ਨ ਕਿਵੇਂ ਸਿਹਤ ਹੈ ਸਿਹਤ ਦੇ ਲਈ ਅਸੀਂ ਕਿਸ ਤਰੀਕੇ ਦੇ ਨਾਲ ਇਹ ਬਜਟ ਜਿਹੜੀ ਪਟਾਰੀ ਹੈ ਖੋਲਾਂਗੇ ਤੁਹਾਡੇ ਲਈ। ਇੱਕ ਵਾਰ ਖੋਲਣ ਤੋਂ ਬਾਅਦ ਤੁਹਾਡੀ ਕਿਸਮਤ ਦੇ ਭਾਅ ਖੁੱਲ ਜਾਣਗੇ, ਮੁੜ ਕੇ ਤੁਹਾਨੂੰ ਕਦੇ ਸੋਚਣਾ ਨਹੀਂ ਪੈਣਾ ਕਿ ਬਜਟ ਹੁੰਦਾ ਕੀ ਹੈ। ਇਹੀ ਹਰ ਵਾਰ ਸਰਕਾਰਾਂ ਦਾ ਹੁੰਦਾ, ਪਰ ਪੰਜਾਬ ਦੀ ਸਰਕਾਰ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੇ ਇਸ ਗੱਲੋਂ ਵੀ ਗੱਲ ਕਰਦੇ ਨੇ ਕਿ ਸਾਡਾ ਸਿੱਖਿਆ ਦੇ ਖੇਤਰ ਦੇ ਵਿੱਚ ਸਾਡਾ ਸਿਹਤ ਦੇ ਖੇਤਰ ਦੇ ਵਿੱਚ ਅਸੀਂ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕਰਾਂਗੇ, ਅਸੀਂ ਵੱਧ ਚੜ ਕੇ ਇਹਨਾਂ ਦੋਨੋਂ ਜਿਹੜੇ ਆਹ ਇੱਕ ਫੀਲਡ ਹੈਗੇ ਨੇ ਇਹਨਾਂ ਦੇ ਵਿੱਚ ਅਸੀਂ ਹਿੱਸਾ ਲਵਾਂਗੇ। ਬਜਟ ਦੇ ਵਿੱਚ ਅੱਜ ਕੀ ਕੁਛ ਸੀ ਉਹਦੇ ਤੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਰਥਿਕ ਮਾਹਿਰ ਡਾਕਟਰ ਬਲਵਿੰਦਰ ਸਿੰਘ ਟਵਾਲਾ, ਜਿਨ੍ਹਾਂ ਨਾਲ ਆਪਾਂ ਨੇ ਕਈ ਪਿਛਲੇ ਬਜਟ ਜਿਹੜੇ ਹੈਗੇ ਨੇ ਕੇਂਦਰ ਸਰਕਾਰ ਦੇ ਸਟੇਟ ਸਰਕਾਰ ਦੇ ਡਿਸਕਸ ਕੀਤੇ ਨੇ। ਅੱਜ ਵੀ ਟਵਾਲਾ ਸਾਹਿਬ ਆਪਾਂ ਦੱਸਣਗੇ ਕਿ ਤੁਹਾਡੇ ਲਈ ਇਸ ਵਾਰ ਸਰਕਾਰ ਕੀ ਲੈ ਕੇ ਆਈ ਹੈ, ਖੁਸ਼ ਹੋਣਾ ਖੁਸ਼ ਨਹੀਂ ਹੋਣਾ ਹੈਗਾ ਉਹ ਟਵਾਲਾ ਸਾਹਿਬ ਤੇ ਆਪਾਂ ਪੂਰੇ ਇੰਟਰਵਿਊ ਤੋਂ ਬਾਅਦ ਗੱਲ ਜਾਣਾਂਗੇ। ਟਵਾਲਾ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਜੀ ਤੁਹਾਡਾ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ। ਸਤਿ ਸ੍ਰੀ ਅਕਾਲ ਟਵਾਲਾ ਸਾਹਿਬ। ਟਵਾਲਾ ਸਾਹਿਬ ਫਿਰ ਪੇਸ਼ ਤਾਂ ਕਰਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਜਟ, ਤੇ ਦੱਸਿਓ ਕਿ ਲੋਕਾਂ ਦੇ ਲਈ ਕੋਈ ਸੁੱਖ ਦਾ ਸਾਹ ਹੈਗਾ ਇਹਦੇ ਚ ਜਾਂ ਸਰਕਾਰਾਂ ਦੇ ਅੰਕੜੇ ਨੇ ਅੱਗੇ ਪਿੱਛੇ ਕਰਕੇ ਰੱਖਤੇ ਜਾਂਦੇ ਨੇ ਆਮ ਲੋਕਾਂ ਦੇ ਲਈ ਕੱਢਣ ਪਾਉਣ ਨਹੀਂ ਹੁੰਦਾ, ਜਾਂ ਫਿਰ ਸੱਚਮੁੱਚ ਇਸ ਵਾਰ ਸਰਕਾਰ ਨੇ ਪਿਛਲੀਆਂ ਸਰਕਾਰਾਂ ਦੇ ਨਾਲੋਂ ਵੱਖਰਾ ਕੀਤਾ, ਜੇ ਵੱਖਰਾ ਕੀਤਾ ਕੀ ਵੱਖਰਾ ਕੀਤਾ, ਕੀ ਸਰਕਾਰ ਇਸ ਵਾਰ ਟਵਾਲਾ ਸਾਹਿਬ ਲੈ ਕੇ ਆਈ ਆ ਜੀ? ਅੰਗੂ ਸਾਹਿਬ, ਇਹ ਹੈਗਾ ਕਿ ਇਹ ਬਜਟ 2,04,917 ਕਰੋੜ ਦਾ ਬਜਟ ਹੈਗਾ, ਤੇ ਇਸ ਬਜਟ ਦੇ ਵਿੱਚ ਜਿਹੜੀ ਮਾਲੀਆ ਪ੍ਰਾਪਤੀਆਂ ਜਿਹਨੂੰ ਅਸੀਂ ਕਹਿੰਦੇ ਰੈਵਨਿਊ ਰਸੀਟਸ ਜਿਹੜੀਆਂ ਨੇ ਹੋਣੀਆਂ, ਉਹ ਜਿਹੜੀਆਂ ਨੇ ਉਹ 1,03,936 ਕਰੋੜ ਦੀਆਂ ਨੇ, ਤੇ ਇਹਦਾ ਮਤਲਬ ਕਿ ਤੁਹਾਡੀ ਆਮਦਨੀ ਜਿਹੜੀ ਇਹਨਾਂ ਤੋਂ ਹੋਣੀ ਹੈ ਉਹ ਇੰਨੀ ਹੋਣੀ ਹੈ, ਤੇ ਬਾਕੀ ਦਾ ਤੁਸੀਂ ਇੱਕ ਪੂੰਜੀਗਤ ਜਿਹੜੀਆਂ ਰਸੀਟਸ ਜਿਹਨੂੰ ਅਸੀਂ ਕਹਿੰਦੇ ਹਾਂ ਪਬਲਿਕ ਡੈਟ ਦੇ ਵਿੱਚ, ਉਹ ਫਿਰ 41,831 ਕਰੋੜ ਦਾ ਜਿਹੜਾ ਨਾ ਉਹ ਕਰਜ਼ਾ ਲਿਆ ਜਾਊਗਾ, ਅਤੇ ਕਰਜ਼ਾ ਉਹਦੇ ਵਿੱਚੋਂ ਫਿਰ ਮੋੜਿਆ ਵੀ ਜਾਊਗਾ ਨਾ, ਅਤੇ ਨੈੱਟ ਜਿਹੜਾ ਵਾਧਾ ਪ੍ਰਪੋਜ਼ਡ ਹੈ ਕਿ ਜਿਹੜਾ ਤੁਹਾਡਾ ਸਿਰ ਕਰਜ਼ੇ ਦਾ ਵਾਧਾ ਹੋਣਾ ਉਹ 31,000 ਕਰੋੜ ਦਾ ਕਰਜ਼ੇ ਦਾ ਵਾਧਾ ਪੰਜਾਬ ਦੇ ਸਿਰ ਹੋ ਜਾਣਾ, ਅਤੇ ਇਹਦੇ 'ਚ ਜਿਹੜਾ ਮਤਲਬ ਟੋਟਲ ਕਰਜ਼ਾ ਉਹ ਪਿਛਲੇ ਸਾਲ ਜਿਹੜਾ ਸੀ ਜਦੋਂ ਇਹ ਸਰਕਾਰ ਮਤਲਬ 2020-22-23 ਦੀ ਜਦੋਂ ਅਸੀਂ ਪਹਿਲੇ ਬਜਟ ਦੀ ਗੱਲ ਕਰਦੇ ਹਾਂ, ਪਹਿਲਾ ਬਜਟ ਜਦੋਂ ਪੇਸ਼ ਕਰਿਆ ਸੀ ਇਹਨਾਂ ਨੇ ਉਦੋਂ ਉਹ 3,14,220 ਕਰੋੜ ਦਾ ਕਰਜ਼ਾ ਸੀਗਾ ਖੜ੍ਹਾ, ਨਾ ਬਕਾਇਆ ਕਰਜ਼ਾ ਕਹਿੰਦੇ ਹਾਂ,
ਤੇ ਉਹਦੇ 'ਚ ਪਿਛਲੇ ਹੁਣ ਜਿਹੜਾ 23-24 ਦੇ ਵਿੱਚ ਉਹ ਕੋਈ 30,000 ਕਰੋੜ ਦਾ ਵਾਧਾ ਹੋ ਗਿਆ ਜੀ, ਅਤੇ ਅਗਲੀ ਵਾਰੀ ਫਿਰ 31,000 ਕਰੋੜ ਦਾ ਵਾਧਾ ਹੋ ਜਾਣਾ। ਇਸ ਲਈ ਜੇ ਅਸੀਂ 21-22 ਦੇ ਬਜਟ ਤੋਂ ਲਾਈਏ, ਜਿਹੜਾ 21-22 ਦਾ ਬਜਟ ਸੀ, ਫਿਰ ਉਹਦਾ ਚਲੋ 22-23 ਦਾ ਹੋ ਗਿਆ, 23-24 ਦਾ ਹੋ ਗਿਆ, ਤੀਜਾ ਸਾਲ ਸ਼ੁਰੂ ਹੋ ਗਿਆ, ਅਤੇ ਆਲਮੋਸਟ ਤੀਜੇ ਸਾਲ ਤੱਕ ਚੱਲਦੇ ਚੱਲਦੇ ਕੋਈ ਮਤਲਬ 60,000 ਤੋਂ ਉੱਪਰ 80,000 ਕਰੋੜ ਤੱਕ ਦਾ ਜਿਹੜਾ ਕਰਜ਼ਾ ਉਹ ਚੜ੍ਹ ਜਾਣਾ ਪੰਜਾਬ ਦੇ ਸਿਰ। ਅਤੇ ਤੁਸੀਂ ਲਾ ਲਓ ਕਿ ਜੇ 3 ਕਰੋੜ ਤੋਂ ਉੱਤੇ ਦੀ ਵਾਧੀ ਹੈ, 3.25 ਕਰੋੜ ਵੀ ਹੋਈ ਵੀ 3 ਕਰੋੜ 74 ਲੱਖ ਹੈਗਾ, 74,000 ਕਰੋੜ ਦਾ ਤੁਹਾਡੇ ਸਿਰ ਕਰਜ਼ਾ ਚੜ੍ਹ ਗਿਆ, ਤਾਂ ਹਰੇਕ ਪੰਜਾਬੀ ਦੇ ਸਿਰ ਚੜ੍ਹ ਗਿਆ ਕੋਈ 1,10,000 ਕਰੋੜ ਦਾ ਕਰਜ਼ਾ ਸਾਰਿਆਂ ਦੇ ਸਿਰ ਚੜ੍ਹ ਗਿਆ, ਜਿਹੜਾ ਜੰਮਦਾ ਉਹ ਫਿਰ ਇੰਨਾ ਕਰਜ਼ਾ ਲੈ ਕੇ ਜੰਮਦਾ। ਹੁਣ ਉਹਦੇ 'ਚ ਮਤਲਬ ਜਿਹੜਾ ਕਰਜ਼ਾ ਲੈਣਾ ਇਹਨੂੰ ਪੂਰਾ ਕਰਨ ਲਈ, ਅਤੇ ਦੋ ਜਿਹੜਾ ਜਿਹੜਾ ਸਾਡਾ ਬਜਟ ਹੈ ਟੋਟਲ ਜਿਹੜਾ ਖਰਚਾ ਰਸੀਟਸ ਹੈ ਉਹ ਸਾਡੀਆਂ 1,46,417 ਕਰੋੜ ਦੀਆਂ ਬਣਦੀਆਂ ਜੇ ਅਸੀਂ ਕਰਜ਼ਾ ਪਾ ਲਈਏ ਵੀ ਜਿਹੜਾ ਇਹਨਾਂ ਨੇ ਕਰਜ਼ਾ ਲੈਣਾ, ਅਤੇ ਬਜਟ ਜਿਹੜਾ ਸਾਡਾ ਉਹ 2,04,918 ਕਰੋੜ ਦਾ। ਇਹਦਾ ਮਤਲਬ ਆਲਮੋਸਟ ਜਿਹੜਾ 58,000 ਕਰੋੜ ਹੈ ਉਹ ਤਾਂ ਕਰਜ਼ੇ 'ਚ ਚੱਲ ਕੇ ਚੱਲਣਾ, ਕਿੱਧਰੋਂ ਵੀ ਲੈਣਾ ਉਹਨੂੰ ਬੇਸ ਔਨ ਮੀਨਸ ਕਹਿੰਦੇ ਹਾਂ, ਕਈ ਤੌਰ ਤਰੀਕੇ ਹੈਗੇ ਆ ਉਹਦੇ ਵਿੱਚ ਹੈ। ਸੋ ਇਸ ਲਈ ਇਹ ਬਜਟ ਜਦੋਂ ਅਸੀਂ ਕਹਿੰਦੇ ਹਾਂ 2 ਲੱਖ ਕਰੋੜ, ਇੱਕ ਇਹ ਵੀ ਕਿਹਾ ਜਾਂਦਾ ਪਹਿਲੀ ਵਾਰੀ 2 ਲੱਖ ਕਰੋੜ ਤੋਂ ਉੱਤੇ ਦਾ ਹੋ ਗਿਆ, ਸਾਡੀ ਜਿਹੜੀ ਕੁੱਲ ਪੈਦਾਵਾਰ ਹੈ ਹੈਂਜੀ ਉਹ ਪਿਛਲੇ ਸਾਲ ਜੇ ਅਸੀਂ 22-23 ਦੀ ਗੱਲ ਕਰੀਏ ਤਾਂ ਉਹ 6,73,000 ਕਰੋੜ ਸੀ, ਅਤੇ ਉਹਦੇ 'ਚ ਕੋਈ ਵਾਧਾ ਹੋ ਕੇ ਉਹ 7,36,000 ਕਰੋੜ ਦੀ ਤਕਰੀਬਨ ਇਹ ਅੰਦਾਜ਼ਾ ਵੀ ਹੋ ਜੂਗੀ। ਇਹਦਾ ਮਤਲਬ 60,000 ਕਰੋੜ ਦਾ ਉੱਥੇ ਵਾਧਾ ਹੋਇਆ, ਅਤੇ ਜਿਹੜਾ ਆਉਣ ਵਾਲਾ ਸਾਲ ਆ ਉਹ 8,02,700 ਕਰੋੜ ਦੀ ਉਮੀਦ ਹੈ ਕਿ ਹੋਊਗੀ, ਅਤੇ ਜੋ ਇੰਨੀ ਹੋਊਗੀ ਤਾਂ ਨੈਚੁਰਲੀ ਬਜਟ ਤਾਂ ਵਧਣਾ ਹੀ ਹੈ। ਅਤੇ ਪਿਛਲੀ ਵਾਰੀ ਜਿਹੜਾ ਬਜਟ ਸੀਗਾ ਉਹ 1,99,000 ਕਰੋੜ ਦਾ ਬਜਟ ਗਿਆ, ਜਿਹੜਾ ਬਜਟ ਰਿਵਾਈਜ਼ਡ ਐਸਟੀਮੇਟ ਹੈ ਜਿਹੜੇ ਦੁਬਾਰਾ ਤੋਂ ਅੰਦਾਜ਼ੇ ਲਾਏ ਗਏ, ਬਜਟ ਪੇਸ਼ ਕੀਤਾ ਗਿਆ ਸੀ 1,96,000 ਕਰੋੜ ਦਾ, ਪਰ ਉਹ ਹੋ ਗਿਆ 1,99,000 ਕਰੋੜ, ਅਤੇ ਉਹਦੇ ਤਾਂ 5,000 ਕਰੋੜ ਦਾ ਹੀ ਵਾਧਾ ਨਾ। ਇਹ ਵਾਧਾ ਜਿਹੜਾ ਜੇ ਅਸੀਂ ਕਹਿੰਦੇ ਹਾਂ ਵੀ 7,36,000 ਕਰੋੜ ਤੋਂ 8 ਲੱਖ ਕਰੋੜ ਹੋਣਾ, ਤਾਂ 64,000 ਕਰੋੜ ਦੀ ਪੈਦਾਵਾਰ ਵਧਣੀ, 64,000 ਕਰੋੜ ਦੀ, ਅਤੇ 64,000 ਕਰੋੜ ਪਿੱਛੇ ਤੁਸੀਂ 5,000 ਕਰੋੜ ਹੀ ਬਜਟ ਵਧਾਇਆ ਨਾ ਕੁੱਲ ਪੈਦਾਵਾਰ ਦੇ ਹਿਸਾਬ 'ਚ। ਅਤੇ ਜਿਹੜੀ ਪੈਦਾਵਾਰ ਹੈ ਉਹ ਲੋਕ ਕਰਦੇ ਆ, ਉਹਦਾ ਖੇਤੀ 'ਚ ਲੱਗੇ ਹੋਏ ਲੋਕ ਕਰਦੇ ਆ, ਮੈਨੂਫੈਕਚਰਿੰਗ 'ਚ ਲੱਗੇ ਹੋਏ ਲੋਕ ਕਰਦੇ ਆ, ਚਲੋ ਸਰਵਿਸ ਸਰਕਟ ਸੈਕਟਰ ਵਾਲੇ ਵੀ ਕਰਦੇ ਆ, ਉਹ 'ਚ ਸਰਕਾਰੀ ਮਹਿਕਮਿਆਂ ਦੇ ਮੁਲਾਜ਼ਮ ਵੀ ਹੋਣਗੇ ਜਿਹੜੇ ਸਰਵਿਸ ਸੈਕਟਰ ਦੀ ਕੰਟਰੀਬਿਊਸ਼ਨ ਹੈ। ਸੋ ਇਸ ਲਈ 2 ਲੱਖ ਇਹ ਕੋਈ ਮਤਲਬ ਇੰਨਾ ਨਹੀਂ ਹੈ ਵੀ ਹਾਂਜੀ ਪਹਿਲੀ ਵਾਰੀ ਹੋਇਆ ਕੀ ਹੋਇਆ, ਇਹਦੇ 'ਚ ਕੋਈ ਖਾਸ ਗੱਲ ਨਹੀਂ ਹੈ। ਅਤੇ ਅਗਲੀ ਜਿਹੜੀ ਹੈ ਕਿ ਜਿਹੜਾ ਸਾਡਾ ਬੇਸ ਐਂਡ ਮੀਨਸ ਵਾਲਾ ਅਸੀਂ ਕਹਿੰਦੇ ਮੀਨਸ ਐਡਵਾਂਸਿਸ, ਜਿਹੜੀ RBI ਇਹ ਕਹਿੰਦੀ ਹੈ ਵੀ ਜੇ ਤੁਹਾਡਾ ਖਾਤੇ 'ਚ ਪੈਸੇ ਬਹੁਤ ਘੱਟ ਰਹਿ ਗਏ ਹੈਂਜੀ, ਫਿਰ ਤੁਸੀਂ ਆਪਣੇ ਕਰਜ਼ਾ ਲੈ ਸਕਦੇ ਹੋ, 21 ਦਿਨਾਂ ਦਾ ਲੈ ਸਕਦੇ ਹੋ, ਮਹੀਨੇ ਦਾ ਫਿਰ ਮੋੜ ਦਿਉ। ਉਹ ਵੱਧਦੇ ਵੱਧਦੇ ਦੇਖੋ 22-23 'ਚ ਉਹ 42,281 ਕਰੋੜ ਸੀ, 23-24 ਦੇ ਇਸ ਦੇ ਵਿੱਚ ਆ ਕੇ ਉਹ 45,000 ਕਰੋੜ ਹੋ ਗਿਆ, ਹੁਣ ਪ੍ਰਪੋਜ਼ਡ ਉਹ 53,000 ਕਰੋੜ ਦਾ, ਜਿਹੜਾ ਮੀਨਸ ਐਂਡ ਬੇਸ ਐਂਡ ਮੀਨਸ ਵੀ ਅਸੀਂ ਲਈ ਜਾਵਾਂਗੇ ਫਿਰ ਸਾਡਾ ਸਰਨਾ ਨਹੀਂ ਫਿਰ ਹੋ ਗਿਆ।
ਸੋ ਇਹ ਜਿਹੜਾ ਬਜਟ ਐਸਟੀਮੇਟ ਹੁਣ ਹੈ ਉਹ 57,000 crore ਦਾ, 57,000 crore ਦਾ ਹੈਂਜੀ। ਪਿਛਲੀ ਵਾਰੀ ਅਸੀਂ 23-24 'ਚ 53,000 crore ਤੱਕ ਪਹੁੰਚ ਗਏ। ਸੋ 57,000 crore ਤਾਂ ਅਸੀਂ ਮਤਲਬ ਟੈਂਡਰ ਹੁੱਕ 'ਤੇ ਹੀ ਹੈ ਵੀ ਹਾਂਜੀ ਪੈਸੇ ਰਹੇ ਨਹੀਂ ਤਾਂ ਲਿਆਓ ਜੀ ਕਰਜ਼ਾ ਲਓ ਚੱਕੋ। ਸੋ ਇਹ ਇਹ ਹਾਲਾਤ ਨੇ ਜਿਹੜੇ ਆਪਾਂ ਕਰਜ਼ੇ ਦੇ ਬਾਰੇ 'ਚ ਗੱਲ ਕਰਦੇ ਹਾਂ। ਹੁਣ ਜਿਹੜੀ ਅਗਲੀ ਗੱਲ ਹੈ ਕਿ ਹਾਂ ਕੁਛ ਗੱਲਾਂ ਜਿਹੜੀਆਂ ਨੇ ਉਹ ਪੋਜ਼ਿਟਿਵ ਆਪਾਂ ਸੈਂਸ 'ਚ ਕਹਿੰਦੇ ਹਾਂ ਕਿ ਜਿਹੜੀ ਸਕੂਲੀ ਸਿੱਖਿਆ ਉਹਦੇ ਲਈ ਕਾਫ਼ੀ ਕੁਛ ਹੋ ਰਿਹਾ, ਉਹ ਆਪਾਂ ਮੰਨਣ ਲਈ ਤਿਆਰ ਹਾਂ ਵੀ ਚੰਗੀ ਗੱਲ ਹੈ ਕਿ ਉਹਦੇ 'ਚ ਤੁਸੀਂ ਜਿਹੜੇ ਸਕੂਲ ਹੈ ਜਿਹੜਾ ਜਿਹੜਾ ਬਜਟ ਹੈ ਜਿਹੜੀ ਸਿੱਖਿਆ ਸਾਰੀ ਦਾ ਉਹ 16,987 crore ਦਾ ਬਜਟ ਹੈ, ਜਿਹਨੂੰ ਕਹਿੰਦੇ ਆ ਕਿ ਟੋਟਲ ਬਜਟ ਖਰਚੇ ਦਾ ਉਹ 11% ਹੈ ਲੇਕਿਨ ਟੋਟਲ ਬਜਟ ਦਾ ਉਹ 8.29% ਹੈ। ਉਹਦੇ ਵਿੱਚ ਜਿਹੜੀ ਸਕੂਲੀ ਸਿੱਖਿਆ ਉਹਦੇ ਵਿੱਚ ਤਾਂ ਠੀਕ ਹੈ ਵੀ 4 ਦੀਵਾਰੀਆਂ ਬਣ ਰਹੀਆਂ, ਟੋਇਲਟ ਵੀ ਬਣ ਰਹੇ ਹੈ ਅਤੇ ਉਹਦੇ 'ਚ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਸਕੂਲ ਜਿਹੜੇ ਆ, ਉਹ ਨਹੀਂ ਮੈਨੂੰ ਸਮਝ ਲੱਗੀ ਵੀ ਇੰਨੇ ਤਰ੍ਹਾਂ ਦੇ ਸਕੂਲ ਕਿਉਂ ਜਿਹੜੇ ਆ ਨਾ ਤੁਸੀਂ ਵਾਹ ਵਾਹ ਕੱਟਣ ਲਈ ਕਿਉਂ ਇੰਨੀ ਕਲਾਸੀਫਿਕੇਸ਼ਨ ਕਰੀ ਜਾਂਦੇ ਹੋ ਵੀ ਸਕੂਲ ਆਫ ਬ੍ਰਿਲੀਅੰਸ, ਸਕੂਲ ਆਫ ਅਪਲਾਈਡ ਜਿਹੜੀ ਹੈ ਲਰਨਿੰਗ, ਸਕੂਲ ਆਫ ਹੈਪੀਨੈਸ, ਫਿਰ ਪਤਾ ਨਹੀਂ ਕਿੰਨਾ ਕਿੰਨੇ ਕਿੰਨੇ ਤਰ੍ਹਾਂ ਦੇ ਸਕੂਲ ਹੈ। ਅਤੇ 100-100 school ਦੀ ਗੱਲ ਕੀਤੀ ਗਈ, 300-400 school ਬਣ ਜੂਗਾ ਲੇਕਿਨ 15 lakh ਦੇ ਕਰੀਬ ਜਿਹੜਾ ਬੱਚਾ ਪੜ੍ਹਦਾ 14-15 lakh ਦੇ ਕਰੀਬ ਅਤੇ ਉਹਦੇ ਤਾਂ ਹਜ਼ਾਰਾਂ ਹੀ ਸਕੂਲ ਹੈ, 15-16,000 ਦੇ ਤਕਰੀਬ ਮੈਨੂੰ ਪੱਕਾ ਯਾਦ ਨਹੀਂ ਗਾ ਲੇਕਿਨ ਇੰਨਾ ਸਕੂਲ ਹੋਊਗਾ ਅਤੇ ਉਹਨਾਂ ਦਾ ਕੀ ਬਣੂਗਾ ਨਾ ਸਾਰਿਆਂ ਦਾ, ਉਹ ਸਾਰਿਆਂ ਦੀ ਸਕੂਲ ਦੀ ਐਜੂਕੇਸ਼ਨ ਦੀ ਗੱਲ ਹੈ। ਲੇਕਿਨ ਮੈਂ ਫਿਰ ਵੀ ਮੰਨਦਾ ਵੀ ਸਕੂਲਾਂ ਦੇ ਉੱਤੇ ਇਹ ਥੋੜ੍ਹਾ ਜ਼ੋਰ ਦਿੱਤਾ ਜਾ ਰਿਹਾ ਪਰ ਉੱਥੇ ਜਿਹੜੇ ਅਧਿਆਪਕ ਨੇ ਜਿਹੜੇ 12,316 ਕਹਿੰਦੇ ਜੀ ਅਸੀਂ ਰੈਗੂਲਰ ਕਰਤੇ, ਜਿਹੜਾ ਮਿਨੀਮਮ ਹੁੰਦਾ ਕਿ ਕਰਨਾ ਉਹ ਜਿਹੜਾ ਸਾਡਾ ਸਿਵਲ ਸਰਵਿਸ ਰੂਲਸ ਹੈ ਉਹਦੇ ਅਕੋਰਡਿੰਗਲੀ ਰੈਗੂਲਰ ਕਰਨ ਦੀ ਗੱਲ ਬਣਦੀ ਹੈ। ਇਹ ਨਹੀਂ ਕਿਸੇ ਨੂੰ 5-15 ਦੇ ਦਿਓ ਜਾਂ 7-18 ਦੇ ਦਿਓ ਹਜ਼ਾਰ, ਉਹ ਤਾਂ ਇੱਕ ਕੰਟਰੈਕਟ ਵਾਲਾ ਹੈਗਾ ਕਿ ਥੋੜ੍ਹੇ ਪੈਸੇ ਵਧਾ ਦੇ, ਗੱਲ ਹੈਗੀ ਤੁਸੀਂ ਰੈਗੂਲਰ ਉਹਨਾਂ ਨੂੰ ਕਰੋ ਮਤਲਬ ਉਹ ਰਿਟਾਇਰ 58 ਦੀ ਉਮਰ 'ਚ ਹੋਣ, ਉਹਨਾਂ ਨੂੰ ਰਿਟਾਇਰ ਦੇ ਬੈਨੀਫਿਟ ਮਿਲਣ, ਸਾਰਾ ਕੁਛ ਨਾ ਇੱਕ ਬੰਦੇ ਦੀ ਜ਼ਿੰਦਗੀ ਦੀ ਸ਼ੋਰਟੀ ਵੀ ਤਾਂ ਚਾਹੀਦੀ ਹੈ ਨਾ, ਸੇਫਟੀ। ਲੇਕਿਨ ਇਹਦੇ ਨਾਲੋਂ ਅੱਗੇ ਜਿਹੜੀ ਗੱਲ ਹੈ ਨਾ ਕਿ ਹਾਇਰ ਐਜੂਕੇਸ਼ਨ ਦੇ ਵਿੱਚ ਬਹੁਤ ਕੁਛ ਹੈ ਨਹੀਂ ਗਾ, ਉਹਦੇ 'ਚ ਜੇ ਤਾਂ ਅਸੀਂ ਕਰਦੇ ਹਾਂ ਗੱਲ ਇਕੱਲੀ ਮੈਡੀਕਲ ਦੀ, 1133 crore ਰੁਪਈਏ ਉਹਨੂੰ ਐਲੋਕੇਟ ਹੋਇਆ। ਉਹਦੇ 'ਚ ਇੱਕ ਚੰਗੀ ਗੱਲ ਆ ਕਿ 4 ਜਿਹੜੇ ਕਾਲਜ ਨੇ ਮੈਡੀਕਲ ਦੇ, ਇੱਕ ਆਪਣਾ ਸੰਗਰੂਰ, ਕਪੂਰਥਲਾ, ਮਲੇਰਕੋਟਲਾ ਅਤੇ ਹੁਸ਼ਿਆਰਪੁਰ, ਇਹ ਸ਼ੁਰੂ ਹੋਣਗੇ। ਚੰਗਾ, ਇਹ ਚੰਗਾ ਉੱਦਮ ਹੈ, ਵਧੀਆ ਕਿ 100-100 seats ਜਿਹੜੀਆਂ MBBS ਦੀਆਂ ਸਾਡੇ ਬੱਚੇ ਜਿਹੜੇ ਹੋਰ ਕਿਤੇ ਧੱਕੇ ਖਾਂਦੇ ਸੀ ਉਹਨਾਂ ਨੂੰ ਮੈਡੀਕਲ ਦੀ ਐਜੂਕੇਸ਼ਨ ਇੱਥੇ ਮਿਲ ਜੂਗੀ। ਆਮ ਆਦਮੀ ਕਲੀਨਿਕ ਦੀ ਵੀ ਗੱਲ ਚੱਲ ਰਹੀ ਹੈ ਵੀ ਖੋਲ੍ਹਤੀਆਂ ਜੀ, ਉਹਦੇ 'ਤੇ ਇੰਨੇ ਪੈਸੇ ਲੱਗ ਗਏ ਹੈ ਨਾ, ਉਹਦੇ 'ਚ ਕਹਿੰਦੇ ਆ 1 crore ਬੰਦੇ ਨੇ ਜਿਹੜਾ ਉਹ ਆਪਣਾ ਫਾਇਦਾ ਲੈ ਲਿਆ, ਇਲਾਜ ਕਰਾ ਲਿਆ। ਮੈਂ ਪਿਛਲੇ ਦਿਨਾਂ 'ਚ ਇੱਕ ਨਿਊਜ਼ ਪੜ੍ਹੀ ਸੀ ਕਿ 452 crore ਰੁਪਈਏ ਉੱਥੇ ਖਰਚੇ ਗਏ, ਤਾਂ ਇਹਦਾ ਮਤਲਬ ਕਿ ਇੱਕ ਬੰਦੇ ਪਿੱਛੇ 452 crore ਰੁਪਈਆ, ਹਾਂ 452 crore ਆਉਂਦੇ ਆ। ਹੁਣ ਇਹ ਨਹੀਂ ਪਤਾ ਵੀ ਉੱਥੇ ਕੀ ਹੈ, ਪਰ ਉੱਥੇ ਓਪਰੇਸ਼ਨ ਦੀ ਗੱਲ ਆ ਜਾਂ ਹੋਰ ਵੱਡੇ ਜਿਹੜੇ ਮਸਲੇ ਆ ਉਹਨਾਂ ਲਈ ਜਿਹੜਾ ਡਿਸਟ੍ਰਿਕਟ ਲੈਵਲ ਦੇ ਹੋਸਪਿਟਲ ਹੈ ਜਾਂ ਸਟੇਟ ਲੈਵਲ ਦੇ ਹੋਸਪਿਟਲ ਹੈ PGI ਦੀ ਤਰਜ਼ 'ਤੇ ਵੱਡੇ, ਉਹ ਵੱਡਾ ਉਪਰਾਲਾ ਕਰਨ ਦੀ ਲੋੜ ਹੈ। ਪਰ ਆਪਾਂ ਕਹਿੰਦੇ ਵੀ ਚਲੋ ਫਿਰ ਵੀ ਇਹਨਾਂ ਦਾ ਇੱਕ ਜਿਹੜੀ ਸਿਹਤ ਸੇਵਾਵਾਂ ਵੱਲ ਰੁਚੀ ਹੈਗੀ ਉਹ ਚੰਗੀ ਗੱਲ ਹੈ ਕਿ ਉੱਥੇ ਹੋਵੇ, ਲੇਕਿਨ ਜਿਹੜੀ ਬਾਕੀ ਦੀ ਐਜੂਕੇਸ਼ਨ ਹੈ ਜਿਹੜੀਆਂ ਯੂਨੀਵਰਸਿਟੀਆਂ ਅਤੇ ਕਾਲਜ ਹੈ ਜਿੱਥੇ BCOM BA BEd ਜਾਂ ਫਿਰ ਤੁਹਾਡੀ ਆਰਟਸ ਵਾਲੀਆਂ ਜਿਹੜੀਆਂ ਡਿਗਰੀਆਂ ਹੋ ਰਹੀਆਂ
ਗੜਵਾਸੂ ਹੋ ਗਈ, PAU ਹੋ ਗਈ ਜਿੱਥੇ BSC ਐਗਰੀਕਲਚਰ ਐਰਾ ਵਗੈਰਾ ਚੱਲਦੀ ਹੈ, ਲਾਅ ਦੀ ਹੋ ਗਈ, ਹਾਂਜੀ ਸਪੋਰਟਸ ਵਾਲੀ ਯੂਨੀਵਰਸਿਟੀ ਹੋ ਗਈ, ਪੰਜਾਬੀ ਯੂਨੀਵਰਸਿਟੀ ਹੋ ਗਈ, ਪੰਜਾਬ ਯੂਨੀਵਰਸਿਟੀ ਹੋ ਗਈ, ਇਹ ਸਾਰੀਆਂ ਹੋ ਗਈਆਂ। ਇਹਨਾਂ ਦੇ ਕੰਸਟੀਚੁਐਂਟ ਕਾਲਜ ਵੀ ਹੈ 25-30, ਹਾਂਜੀ ਉਹਨਾਂ ਸਾਰਿਆਂ ਲਈ 1425 ਕਰੋੜ ਰੁਪਈਆ ਰੱਖਿਆ, ਸਿਰਫ 1425। ਹੁਣ ਉਹਦੇ 'ਚ ਹਾਇਰ ਐਜੂਕੇਸ਼ਨ ਦਾ ਕੀ ਹੋਣਾ ਜੀ, 25-30 ਸਾਲ ਤੋਂ ਉੱਥੇ ਕੋਈ ਭਰਤੀ ਨਹੀਂ ਹੋਈ, ਹੁਣ ਵੀ ਕੋਈ ਭਰਤੀ ਦਾ ਕੋਈ ਪਤਾ ਨਹੀਂ ਲੱਗਦਾ ਵੀ ਕਦ ਹੋਣੀ ਹੈ। ਯੂਨੀਵਰਸਿਟੀਆਂ 'ਚ ਵੀ ਸਟਾਫ ਦੀ ਘਾਟ ਹੈ, ਘਾਟੇ 'ਚ ਹੈ, ਤਨਖਾਹਾਂ ਮਿਲਦੀਆਂ ਨਹੀਂ। ਬਹੁਤ ਸਾਰੀਆਂ ਯੂਨੀਵਰਸਿਟੀਆਂ ਜਿਹੜੀਆਂ ਟੈਕਨੀਕਲ ਯੂਨੀਵਰਸਿਟੀਆਂ ਨੇ ਨਾ ਸਟੇਟ ਦੀਆਂ, ਉਹ ਚਾਹੇ ਤੁਸੀਂ ਬਠਿੰਡੇ ਦੀ ਲਾ ਲਓ, ਫਿਰ ਉਹਦੀ ਗੁਰਦਾਸਪੁਰ ਵਾਲੀ ਲਾ ਲਓ, ਉੱਥੇ ਬਹੁਤ ਸਾਰੇ ਟੀਚਰਾਂ ਨੂੰ ਬਹੁਤ ਸਮੇਂ ਦੀਆਂ ਤਨਖਾਹਾਂ ਨਹੀਂ ਮਿਲਦੀਆਂ, ਬੜੀ ਬੜੀ ਪੈਂਡਿੰਗ ਪਈਆਂ, ਬੜੀ ਵਾਰੀ ਹੋਇਆ। ਅਤੇ ਇਸ ਲਈ ਤੁਸੀਂ 0.6% ਹੈ ਟੋਟਲ ਬਜਟ ਦਾ ਜਿਹੜਾ 1425 ਕਰੋੜ ਹੈ। ਅਤੇ ਜੇ ਤੁਸੀਂ ਇਹਨੂੰ ਉਹਦਾ ਲਾ ਲਓ ਵੀ ਹਾਂ ਜੀ ਜਿਹੜਾ ਬਜਟ ਐਕਸਪੈਂਡੀਚਰ ਹੈ 1,46,000 ਕਰੋੜ ਦਾ ਬਜਟ ਐਕਸਪੈਂਡੀਚਰ ਲਾ ਲਓ, ਉਹਦੇ 'ਚ ਵੀ ਇਹ ਕਿੰਨਾ ਕੁ ਬਣਦਾ ਸਾਰਾ ਹੀ, ਮੇਰਾ ਖਿਆਲ 1% ਮਸਾਂ ਬਣਦਾ। ਸੋ ਇੰਨਾ ਘੱਟ ਖਰਚਾ ਕਰਕੇ ਤੁਸੀਂ ਉੱਥੇ ਬੱਚੇ ਜਿਹੜੇ ਪੜ੍ਹਦੇ ਆ, ਜਿਹੜੇ ਬਾਹਰ ਜਾ ਰਹੇ ਆ, ਉਹਨਾਂ ਨੂੰ ਕਿਵੇਂ ਰੋਕੋਗੇ ਨਾ। ਸੋ ਉਹਦੇ 'ਚ ਵੱਡੀ ਐਫਰਟ ਦੀ ਲੋੜ ਹੈਗੀ ਹੈ, ਉਹ ਕੁਛ ਬਣ ਨਹੀਂ ਰਿਹਾ। ਫਿਰ ਆਪਾਂ ਤੁਸੀਂ ਕਿਸਾਨੀ ਦੀ ਗੱਲ ਕਰਦੇ ਸੀ, ਉਹਦੇ 'ਤੇ ਜੇ ਆਪਾਂ ਆਈਏ ਕਿਸਾਨੀ ਵਾਲੇ ਮਸਲੇ 'ਤੇ, ਜਿਹੜੀ ਖੇਤੀਬਾੜੀ ਦਾ ਵਿਕਾਸ ਦਰ ਹੈ 2022-23 ਦੇ ਵਿੱਚ ਉਹ 2.7% ਸੀਗਾ ਪੰਜਾਬ ਦਾ। ਹੈ ਸਾਡਾ ਪੰਜਾਬ ਦਾ ਜਿਹੜਾ ਵਿਕਾਸ ਦਰ ਆ ਉਹ ਭਾਰਤ ਨਾਲੋਂ ਨੈਸ਼ਨਲ ਲੈਵਲ ਤੋਂ ਥੱਲੇ ਹੈ, ਚਾਹੇ ਓਵਰਆਲ ਹੈ ਚਾਹੇ ਉਹ ਅਦਰਵਾਈਜ਼ ਖੇਤਰਵਾਈਜ਼ ਹੈ, ਮਤਲਬ ਖੇਤੀਬਾੜੀ ਦਾ ਹੋ ਗਿਆ, ਇੰਡਸਟਰੀ ਦਾ ਹੋ ਗਿਆ ਅਤੇ ਸੇਵਾਵਾਂ ਦਾ ਖੇਤਰ ਦਾ ਹੋ ਗਿਆ। ਅਤੇ ਉਹ ਜੇ 2.7% ਸੀ ਤਾਂ ਉਹ 23-24 'ਚ ਇਸ ਸਾਲ ਤਾਂ ਉਹ 2.4% ਉਹਦੇ ਨਾਲੋਂ ਘੱਟ ਗਿਆ ਇਹ, ਹੈਂ ਗਰੋਥ ਰੇਟ ਸਾਡੀ ਘੱਟ ਗਈ, ਤਾਂ ਮਤਲਬ ਸਾਡੀ ਜਿਹੜੀ ਕਿਸਾਨਾਂ ਦੀ ਸਥਿਤੀ ਹੈ ਉਹ ਪਹਿਲਾਂ ਨਾਲੋਂ ਚੰਗੀ ਨਹੀਂ ਹੋਈ, ਸਗੋਂ ਮਾੜੀ ਹੋਈ। ਅਤੇ ਉਹਦੇ ਲਈ ਅਸੀਂ ਜਿਹੜਾ ਖੇਤੀਬਾੜੀ ਹੈ ਉਹਦੇ 'ਚ ਰੱਖਿਆ ਅਸੀਂ ਟੋਟਲ ਜਿਹੜਾ ਬਜਟ ਹੈ ਉਹ ਹੈਗਾ ਜੀ 13,784 ਕਰੋੜ। ਜੋ ਟੋਟਲ ਬਜਟ ਦਾ ਜਿਹੜਾ ਬਣਦਾ ਉਹ ਬਣਦਾ 6.5%। ਜੇ ਤੁਸੀਂ ਟੋਟਲ ਉਹਦਾ ਲੈ ਲਓ ਖਰਚੇ ਦਾ, ਬਜਟ ਖਰਚੇ ਦਾ, ਤਾਂ ਉਹ ਬਣਦਾ ਹੋਊਗਾ ਸਾਰਾ 9%। ਖੇਤੀਬਾੜੀ ਦਾ ਹਿੱਸਾ ਟੋਟਲ ਕੁੱਲ ਪੈਦਾਵਾਰ 'ਚ 27% ਹੈ, 27-28% ਉੱਥੇ ਕੰਮ ਕਰਨ ਵਾਲੇ ਲੋਕ ਹੈ, 40-50% ਬੰਦੇ ਉਹਦੇ 'ਤੇ ਡਿਪੈਂਡੈਂਟ ਹੈਗੇ ਹੈ। ਸੋ ਇਹ ਮਤਲਬ ਬਹੁਤ ਵੱਡੀ ਜਿੰਨੀ ਕਿਸਾਨੀ ਦੀ ਸਮੱਸਿਆ, ਕਿਸਾਨ ਐਜੀਟੇਸ਼ਨ ਚੱਲ ਰਹੀ ਹੈ, ਸਾਰਾ ਕੁਛ ਹੈ, ਉਹਦੇ 'ਚ ਬਹੁਤ ਵੱਡਾ ਬਦਲਾਅ ਕਰਨ ਵਾਲਾ ਐਡਾ ਬਜਟ ਨਹੀਂ ਹੈ ਜਿਹੜਾ ਉਹਦੇ ਨਾਲ ਕੋਈ ਉਹਦੀ ਕਾਇਆ ਕਲਪ ਹੋ ਜੂਗੀ। ਅਤੇ ਉਹਦੇ 'ਚ ਜਿਹੜੀ ਫਸਲੀ ਵਿਭਿੰਨਤਾ ਉਹਦੇ ਲਈ ਸਿਰਫ 575 ਕਰੋੜ ਰੱਖਿਆ ਹੈ। 575 ਕਰੋੜ ਨਾਲ ਕਿਹੜੀ ਫਸਲੀ ਵਿਭਿੰਨਤਾ ਹੋ ਜੂਗੀ ਮੈਨੂੰ ਦੱਸੋ ਤੁਸੀਂ, ਹੈ ਨਾ। ਜੇ ਤੁਸੀਂ ਜੀਰੀ ਤੋਂ ਹਟ ਕੇ ਕੁਛ ਹੋਰ ਬਿਜਵਾਉਣਾ ਹੋਵੇ ਅਤੇ ਉਹਨੂੰ ਫਿਰ ਖਰੀਦ ਉਹਦੀ ਪੱਕੀ ਕਰਨੀ ਹੋਵੇ, ਜਿਵੇਂ ਮੂੰਗੀ ਦੀ ਗੱਲ ਕਰਦੇ ਸੀ ਉਹਦੇ 'ਤੇ ਵੀ ਕਾਫੀ ਡਿਬੇਟ ਚੱਲੀ ਜਾ ਰਹੀ ਹੈ ਵੀ ਠੀਕ ਹੈ ਪਰ ਚੰਗੀ ਗੱਲ ਆ ਕਿ ਚਲੋ ਤੁਸੀਂ ਮੂੰਗੀ ਦੀ ਇੱਕ ਐਫਰਟ ਕੀਤੀ ਅਤੇ ਉਹਨੂੰ ਕੈਰੀ ਔਨ ਕਰਨ ਲਈ, ਪਰ ਹੁਣ ਉਹਦੇ 'ਤੇ ਬਹੁਤ ਵੱਡੀ ਗੱਲ ਇਸ ਬਜਟ ਦੇ ਵਿੱਚ ਕੀਤੀ ਵੀ ਨਹੀਂ ਵੀ ਅਸੀਂ ਮੂੰਗੀ ਦੀ ਇਹ ਕੀਤਾ, ਹੈ ਨਾ। ਹੋਰ ਫਸਲਾਂ ਦਾ ਕੀ ਕਰਨਾ, ਇਹਦੇ ਨਾਲ ਤਾਂ ਫਸਲੀ ਵਿਭਿੰਨਤਾ ਨਹੀਂ ਹੋਣੀ 575 ਕਰੋੜ ਨਾਲ, ਉਹਦੇ ਲਈ ਵੱਡੀ ਐਫਰਟ ਹੈ। ਜੇ ਉਹਦੀ ਤੁਸੀਂ ਜੌਲ ਕਮੇਟੀ ਦੀ ਰਿਪੋਰਟ ਦੀ ਗੱਲ ਕਰੋ 2002 ਦੀ, ਤਾਂ ਉਦੋਂ 5,000 ਹੈ ਨਾ ਕਹਿ ਰਹੇ ਸੀਗੇ ਵੀ ਪਰ ਏਕੜ ਤੁਸੀਂ ਦੇਣਾ ਪਊਗਾ ਤੁਹਾਨੂੰ ਕਿਸਾਨਾਂ ਨੂੰ ਜੇ ਤੁਸੀਂ ਇਹਨੂੰ ਪਰੇ ਕਰਨਾ ਜੀਰੀ ਤੋਂ।
ਤੇ ਅੱਜ ਤਾਂ ਉਹ ਕਿਤੇ ਵੱਧ ਜਾਂਦਾ, ਉਹਦਾ 20-25 ਹਜ਼ਾਰ ਰੁਪਈਆ ਵੀ ਬਣ ਜਾਂਦਾ ਵੀ ਤੁਸੀਂ ਜੇ ਉਹਨਾਂ ਨੂੰ ਹਟਾਉਣਾ ਜੀਰੀ ਲਾਉਣ ਤੋਂ, ਤੇ ਇਹਦੇ 'ਚ ਤਾਂ ਮੇਰਾ ਹੱਲ ਕੁਛ ਵੀ ਨਹੀਂ ਬਣਦਾ ਫਿਰ। ਸੋ ਤੀਜਾ ਇਹਦੇ 'ਚ ਪਾਣੀ ਦੀ ਗੱਲ ਕੀਤੀ ਗਈ, 114 ਬਲਾਕ ਕਹਿੰਦੇ ਜੀ ਡਾਰਕ ਹੈ ਅਤੇ ਉਹਦੇ ਲਈ ਪਤਾ ਨਹੀਂ ਕੀ ਕਰਨਾ, ਲੇਕਿਨ ਉਹਦੇ ਲਈ ਸਾਰੇ 194 ਕਰੋੜ ਰੁਪਈਏ ਦਾ ਬਜਟ ਹੈ ਧਰਤੀ ਦੇ ਪਾਣੀ ਦੀ ਸੰਭਾਲ ਲਈ। ਜੇ ਤੁਸੀਂ ਕੋਈ ਡੈਮ ਬਣਾਉਣਾ ਹੋਵੇ, ਜਿਵੇਂ ਹੜ੍ਹ ਆਉਂਦੇ ਆ, ਇਸ ਵਾਰੀ ਹੜ੍ਹ ਆਏ ਵੱਡੇ ਏਰੀਏ 'ਚ ਆਏ, ਵੱਡੀ ਮਾਰ ਪਈ, ਜੇ ਉਹ ਪਾਣੀ ਨੂੰ ਤੁਸੀਂ ਯੂਜ਼ ਕਰਨਾ, ਕੋਈ ਛੋਟਾ ਡੈਮ ਬਣਾਉਣਾ, ਉਹਦੇ ਲਈ ਵੱਡੀ ਇਨਵੈਸਟਮੈਂਟ ਚਾਹੀਦੀ ਹੈ। ਜੇ ਉਹਦੇ 'ਚ ਇੰਟਰੋਡਿਊਸ ਕਰਨੀਆਂ ਨਵੀਆਂ ਜਿਹੜੀਆਂ ਸਿੰਜਾਈ ਦੀਆਂ ਸਕੀਮਾਂ ਨੇ, ਉਹਦੇ ਲਈ ਵੀ ਪੈਸੇ ਚਾਹੀਦੇ ਹੈ। ਸੋ 194 ਕਰੋੜ ਇਨਸਫੀਸ਼ੈਂਟ ਆ, ਬਹੁਤ ਘੱਟ ਹੈਗਾ ਜਿਹੜਾ ਹੈ। ਬਾਕੀ ਹਾਂ, ਇੱਕ ਵੇਰਕਾ ਵਾਲਾ ਜ਼ਰੂਰ ਉਹਨਾਂ ਨੇ ਗੱਲ ਕੀਤੀ ਵੀ ਹਾਂਜੀ ਪਲਾਂਟ ਹੈਗਾ ਲੁਧਿਆਣੇ ਅਤੇ ਉੱਥੇ 9 ਲੱਖ ਲੀਟਰ ਪ੍ਰੋਸੈਸ ਹੁੰਦਾ, ਇਹ ਚੰਗਾ ਐਫਰਟ, ਚਲੋ ਆਪਾਂ ਮੰਨ ਸਕਦੇ ਹਾਂ ਵੀ ਠੀਕ ਹੈ ਕਰੋ, ਲੇਕਿਨ ਉਹਦੇ 'ਚ ਜਿਹੜੀ ਮੈਡੀਕਲ ਵੈਟਰਨਰੀ ਸਹੂਲਤਾਂ ਨੇ ਪੰਜਾਬ ਦੇ ਵਿੱਚ ਜਿਹੜੇ ਪਸ਼ੂਆਂ ਨੂੰ ਚਾਹੀਦੀਆਂ, ਜਿਹੜਾ ਉਹ ਤਰਜੇ ਅਮਲ ਆਨੰਦ ਦਾ ਹੈਗਾ ਮੁੱਲ ਵਾਲਿਆਂ ਦਾ, ਉਹਨੂੰ ਜਿਹੜੀ ਕੋਆਪਰੇਟਿਵ ਦੇ ਵਿੱਚ ਜੇ ਤੁਸੀਂ ਲਿਆਉਣਾ ਤਾਂ ਉਹਦੀ ਐਫਰਟ ਕਰਨ ਦੀ ਲੋੜ ਹੈ, ਕਿਉਂਕਿ ਡੇਅਰੀ ਦਾ ਜਿਹੜਾ ਧੰਦਾ ਪਸ਼ੂ ਪਾਲਣ ਦਾ, ਉਹਦੀ ਕਾਫੀ ਵੱਡੀ ਕੰਟਰੀਬਿਊਸ਼ਨ ਹੈ ਲੋਕਾਂ ਨੂੰ ਜਿਹੜਾ ਨਾ ਉਹਦੀ ਆਮਦਨ ਵੀ ਸਪਲੀਮੈਂਟ ਕਰਨ 'ਚ, ਵਧਾਉਣ 'ਚ, ਅਤੇ ਕਿਸਾਨਾਂ ਨੂੰ ਰੁਝੇਵੇਂ ਦੇਣ 'ਚ ਵੀ। ਇਸ ਲਈ ਉੱਥੇ ਕਾਫੀ ਕੁਛ ਕਰਨ ਦੀ ਜ਼ਰੂਰਤ ਹੈਗੀ ਹੈ, ਜਿਹੜੀ ਕਿ ਲੱਗਦਾ ਕਿ ਠੀਕ ਹੈ। ਸੋ ਇਸ ਲਈ ਖੇਤੀਬਾੜੀ ਦੇ ਵਿੱਚ ਇੰਨੀ ਕੁ ਇਨਵੈਸਟਮੈਂਟ ਨਾਲ ਬਹੁਤ ਕੁਛ ਕਿਸਾਨਾਂ ਦਾ ਹੋਊਗਾ, ਅਤੇ ਕਰਜ਼ੇ ਬਾਰੇ ਤਾਂ, ਕਿਸਾਨਾਂ ਦੇ ਕਰਜ਼ੇ ਬਾਰੇ ਤਾਂ ਕੋਈ ਗੱਲ ਨਹੀਂ ਇਹਦੇ 'ਚ, ਉਹ ਤਾਂ 1,40,000 ਕਰੋੜ ਦਾ ਜਿਹੜਾ ਹੈ ਜੀ ਕਰਜ਼ਾ ਉਹ ਹੈ, ਅਤੇ ਸਿਰਫ ਇੰਨੀ ਕਹਿ ਵੀ ਹਾਂ ਖੇਤੀਬਾੜੀ ਦੀ ਜਿਹੜੀ 9,930 ਕਰੋੜ ਦੀ ਸਬਸਿਡੀ ਆ ਉਹ ਜਾਰੀ ਰਹੂਗੀ ਹੈਂਜੀ, ਬਾਕੀ ਜਿਹੜਾ 7,780 ਕਰੋੜ ਰੁਪਈਏ 300 ਯੂਨਿਟ ਵਾਲੇ ਹੈ ਨਾ, ਪਿਛਲੇ ਨਾਲੋਂ ਪਿਛਲੇ ਸਾਲ 6,800 ਕਰੋੜ ਦੇ ਕਰੀਬ ਸੀਗੇ, ਇਹ ਕੋਈ 1,000 ਕਰੋੜ ਦਾ ਵਾਧਾ ਇਹਦੇ 'ਚ ਹੋ ਗਿਆ ਸਬਸਿਡੀ 'ਚ ਹੈਂਜੀ। ਅਤੇ ਇਕੱਲੀ ਜਿਹੜੀ ਪਾਵਰ ਸਬਸਿਡੀ ਹੈ, ਇੰਡਸਟਰੀ ਨੂੰ ਵੀ ਮਿਲਦੀ ਹੈ, SC BC ਕੈਟੇਗਰੀ 'ਚ ਵੀ ਕੁਛ ਮਿਲਦੀ ਹੈ, SC ST ਨੂੰ ਵੀ, ਸਾਰੀ ਪਾਵਰ ਸਬਸਿਡੀ ਜਿਹੜੀ ਹੈ ਉਹ 20,200 ਕਰੋੜ ਦੀ ਹੈ ਜੀ। ਤੁਸੀਂ ਲਾ ਲਓ ਕਿੱਡਾ ਵੱਡਾ ਅਮਾਊਂਟ ਹੈ ਇਹ ਕੋਈ ਮਤਲਬ 18% ਦੇ ਕਰੀਬ ਜਿਹੜਾ ਨਾ, 15% ਦੇ ਕਰੀਬ ਬਜਟ ਦਾ ਜਿਹੜਾ ਖਰਚਾ, ਬਜਟ ਖਰਚੇ ਦਾ ਬਣ ਜਾਂਦਾ ਹੈ ਨਾ। ਹੁਣ ਜਿਹੜੀ 7,780 ਕਰੋੜ ਹੈ ਜਿਹੜੀ ਕਿਸਾਨੀ ਵਾਲੀ ਹੈ, ਚਲੋ ਉਹ ਵੀ ਆਪਾਂ ਕਹਿੰਦੇ ਹਾਂ ਵੀ ਉਹਦੇ 'ਚ ਵੀ ਕੋਈ ਕਰੋ, ਜਿਹੜੇ 5 ਏਕੜ 7 ਏਕੜ ਵਾਲੇ ਆ ਜਾਂ 10 ਏਕੜ ਵਾਲੇ ਉੱਥੇ ਤੱਕ ਲੈ ਜਾਓ, ਇਹਨੂੰ ਰੈਸ਼ਨਲਾਈਜ਼ ਕਰ ਲਓ। ਚਲੋ ਜੇ ਇਹਦਾ ਨਹੀਂ ਤਾਂ ਆਹ 300 ਯੂਨਿਟ ਵਾਲੀ ਤਾਂ ਬਹੁਤ ਵੱਡਾ ਉਹ ਹੈ ਨਾ ਵੋਟਾਂ ਦਾ ਬਸ ਚੱਕਰ ਹੀ ਆ, ਹੋਰ ਇਹਦੇ 'ਚ ਕੁਛ ਨਹੀਂ ਹੈ ਕਿ 1 ਕਿਲੋ ਵਾਟ ਜਾਂ 2 ਕਿਲੋ ਵਾਟ ਵਾਲੇ ਨੂੰ ਤਾਂ ਕਰ ਲਓ ਠੀਕ ਹੈ। ਜਿਹੜੇ ਬੰਦੇ ਪੱਕੇ ਗਵਰਨਮੈਂਟ ਇੰਪਲਾਈ ਹੈ, ਜਿਨ੍ਹਾਂ ਦੀ ਤਨਖਾਹ ਚੰਗੀ ਹੈ, ਜਿਨ੍ਹਾਂ ਕੋਈ ਬਿਜ਼ਨਸ ਚੰਗਾ ਚੱਲਦਾ ਹੈਂਜੀ, ਜਿਨ੍ਹਾਂ ਕੋਲ ਜ਼ਮੀਨ 25-30-40 ਕਿੱਲੇ ਹੈ, ਉੱਥੇ 300 ਯੂਨਿਟ ਫਰੀ ਕਿਉਂ ਦੇ ਰਹੇ ਹੋ? ਆਪ ਵੀ ਕਲੇਮ ਕਰਦੇ ਹੋ ਕਿ ਦੇਖੋ ਜੀ 90-95% ਦਾ ਕੋਈ ਬਿੱਲ ਨਹੀਂ ਆਉਂਦਾ, ਅਤੇ 90-95% ਗਰੀਬੀ ਹੈ ਪੰਜਾਬ 'ਚ ਹੈ ਨਾ ਜੀ, ਗਰੀਬੀ ਕਿੰਨੀ ਹੈ, ਜਿਹੜੇ ਗਰੀਬ ਬੰਦੇ ਹੁਣ ਦੇ ਦਿਉ 1 ਕਿਲੋ ਵਾਟ ਜਾਂ 2 ਕਿਲੋ ਵਾਟ। ਅਦਰਵਾਈਜ਼ ਇਹਦੇ 2 ਹੱਲ ਹੈਗੇ ਆ ਜਿਹੜੇ ਸਰਕਾਰ ਨੂੰ ਕਰਨੇ ਚਾਹੀਦੇ ਆ, ਉਹ ਕਰਨੇ ਇਸ ਕਰਕੇ ਨਹੀਂ ਕਿ ਵੋਟਾਂ ਜਿਹੜੀਆਂ ਨੇ ਉਹ ਇਹਦੇ ਸਿਰ 'ਤੇ ਪੈਣੀਆਂ। ਇੱਕ ਹੈਗਾ ਕਿ ਤੁਸੀਂ ਪ੍ਰੋਗਰੈਸਿਵ ਕਰ ਲਓ ਕਿ 100 ਯੂਨਿਟ ਤੱਕ 50 ਪੈਸੇ, 100 ਤੋਂ 200 ਤੱਕ 1 ਰੁਪਈਆ, 200 ਤੋਂ 300 ਤੱਕ 2 ਰੁਪਈਏ, ਉਹ ਤੋਂ ਬਾਅਦ 5 ਰੁਪਈਏ ਕਰ ਲਓ, 6 ਰੁਪਈਏ ਕਰ ਲਓ ਹੈ ਜੀ,
ਉਹ ਤਾਂ ਕਰ ਲਓ, ਅਤੇ ਇੱਕ ਜਾਂ ਦੋ ਕਿਲੋ ਵਾਟ ਵਾਲੇ ਨੂੰ ਫਰੀ ਦੇ ਦਿਓ, ਕੋਈ ਗੱਲ ਨਹੀਂ, ਉਹ ਵੀ ਕਰ ਲਓ। ਨਹੀਂ ਤਾਂ ਫਿਰ ਤੁਸੀਂ ਸੋਲਰ ਸਿਸਟਮ ਲਵਾ ਦਿਓ ਨਾ, ਉਹਦੇ 'ਤੇ 50% ਸਬਸਿਡੀ ਦੇ ਦਿਓ। 1780 ਕਰੋੜ ਰੁਪਇਆ ਗਰੀਬ ਬੰਦਿਆਂ ਲਈ ਬਹੁਤ ਹੋਣਾ, ਜਿੰਨੀ ਕੁ ਉਹਨਾਂ ਦੀ ਖਪਤ ਹੈ ਬਿਜਲੀ ਦੀ। ਅਤੇ ਜੇ 6,000 ਜਾਂ 5,000 ਕਰੋੜ ਰੁਪਈਆ ਤੁਸੀਂ ਸੋਲਰ ਸਿਸਟਮ ਜਿਹੜੇ ਪੈਨਲ ਲਾਉਣੇ, ਅਗਲਾ ਆਪਣੀ ਛੱਤ ਦੇ ਉੱਤੇ ਸੋਲਰ ਸਿਸਟਮ ਲਾਵੇ, ਉਹ 'ਚ 50% ਤੁਸੀਂ ਹਿੱਸਾ ਪਾ ਦਿਓ, ਸਗੋਂ ਗ੍ਰੀਨ ਹੋਊਗਾ, ਥਰਮਲ ਤੋਂ ਬਚਾਂਗੇ, ਥਰਮਲ ਪਲਾਂਟ ਜਿਹੜੇ ਚਲਾਉਣ ਤੋਂ ਬਚਾਂਗੇ, ਬਿਜਲੀ ਦੀ ਜਿਹੜੀ ਪੈਦਾਵਾਰ ਨੈਚੁਰਲ ਵੇ 'ਚ ਹੋਜੂਗੀ, ਅਤੇ ਬੜਾ ਵੱਡਾ ਫਾਇਦਾ ਹੋਊਗਾ, ਉਹ ਕਰਨਾ ਚਾਹੀਦਾ। ਸੋ ਇਸ ਲਈ ਇਹਨੂੰ ਕਿਸੇ ਤਰਜ਼ 'ਤੇ ਇਸੇ ਤਰ੍ਹਾਂ 450 ਕਰੋੜ ਫਰੀ ਬੱਸਾਂ ਵਾਲਾ ਵੀ ਹੈਗਾ ਸਬਸਿਡੀ 'ਚ, ਉਹ ਕਹਿੰਦੇ ਵੀ 11,000 ਮਹਿਲਾਵਾਂ ਨੇ, ਮਤਲਬ 11,000 ਮਹਿਲਾ ਤਾਂ ਨਹੀਂ ਹੈ, ਇੱਕ ਕਰੋੜ ਸਮਥਿੰਗ ਮਹਿਲਾ ਹੋ, ਕਿਉਂਕਿ ਪੰਜਾਬ ਦੀ ਆਬਾਦੀ ਸਵਾ ਕੁ 3 ਕਰੋੜ ਲਾ ਲਓ, ਸਵਾ ਕੁ 3 ਕਰੋੜ ਜੇ ਤੁਸੀਂ ਉਹ 'ਚੋਂ ਸਾਡੀ ਜਿਹੜੀ ਔਰਤਾਂ ਦੀ ਰੇਸ਼ੋ ਹੈ, 1,000 ਬੰਦੇ ਪਿੱਛੇ ਔਰਤਾਂ ਘੱਟ ਨੇ, ਹੈਂਜੀ, ਕਾਫੀ ਕ੍ਰਿਟੀਸਿਜ਼ਮ ਵੀ ਹੁੰਦਾ, ਅਤੇ ਜੇ 1,10,00,000 ਵੀ ਲਾ ਲਓ ਉਹ 'ਚੋਂ, ਅਤੇ ਉਹ ਤਾਂ ਫਿਰ ਇਹ ਗੇੜੇ ਗਿਣੇ ਗਏ ਨਾ ਵੀ ਕਿੰਨੇ ਗੇੜੇ ਲਾਏ ਅਗਲੇ ਨੇ, ਹੈ ਨਾ, ਅਤੇ ਗੇੜਾ ਤਾਂ ਵੱਧ ਵਧਾਉਂਦੇ ਆ, ਉਹ ਤਾਂ ਫਰੀ 'ਚ ਕਿੱਡਾ ਚੱਲਦਾ ਵੀ ਹਾਂ, ਜਿਹਨੂੰ ਫਰੀ ਸਫ਼ਰ ਮਿਲ ਗਿਆ ਉਹ ਰੋਜ਼ ਚੜ੍ਹ ਜਾਂਦਾ ਵੀ ਠੀਕ ਹੈ ਚੱਲਦੇ ਆ, ਜੇ ਮੈਂ ਜਾਣਾ ਆਊਗਾ ਕਹਿੰਦਾ ਤੂੰ ਹੀ ਕੰਮ ਕਰਿਆ ਬਈ, ਇਹ ਠੀਕ ਹੈ। ਲੇਕਿਨ ਮਤਲਬ ਜਿਹੜੇ ਔਰਤਾਂ ਠੀਕ ਨੇ, ਜਿਨ੍ਹਾਂ ਨੂੰ ਸਰਵਿਸ ਕਰਦੀਆਂ ਨੇ ਜਿਹੜੀਆਂ ਔਰਤਾਂ, ਅਤੇ ਜਿਹੜੀਆਂ ਜਿਹੜੇ ਬੰਦਿਆਂ ਕੋਲ ਸਮਰੱਥਾ ਜਿਹੜੀਆਂ ਔਰਤਾਂ ਕੋਲ ਹੈਗੀ ਆ ਠੀਕ ਠਾਕ ਹੈ ਇਕਨੋਮਿਕਲੀ, ਤੁਸੀਂ ਜੇ ਚਾਹੁੰਦਾ ਵੀ ਜਿਵੇਂ ਸਫ਼ਰ ਕਰਦੀਆਂ ਉਹਨਾਂ ਦੇ ਪਾਸ ਬਣਾ ਦਿਓ, ਕੋਈ ਇਨਕਮ ਤਾਂ ਹੋਜੂਗੀ ਨਾ, ਅਤੇ ਪਾਸ ਦੀ ਸੁਵਿਧਾ ਦਿੱਤੀ ਜਾ ਸਕਦੀ ਹੈ ਜਾਂ ਹੋਰ ਆ, ਮਤਲਬ ਇਹ ਜਿਹੜਾ ਕਰਨਾ ਵੀ ਸਾਰਿਆਂ ਨੂੰ ਦੇ ਦਿਓ, ਹੈ ਨਾ। ਹਾਲੇ ਤਾਂ ਉਹ 1,000 ਵਾਲਾ ਅਨਾਊਂਸਮੈਂਟ ਹੋਈ ਨਹੀਂ ਮੈਨੂੰ ਲੱਗਦਾ ਸੀਗਾ, ਮੈਂ ਸਵੇਰੇ ਵੀ ਕਈ ਬੰਦਿਆਂ ਨਾਲ ਗੱਲ ਕਰਦਾ ਸੀ ਵੀ ਦੇਖੋ ਦਿੱਲੀ 'ਚ ਹੋ ਗਿਆ ਉਹ 1,000, ਕੱਲ੍ਹ ਉਹਨਾਂ ਨੇ ਬਜਟ ਪੇਸ਼ ਕਰਦੇ ਕਰਤਾ, 1,500 ਰੁਪਈਆ ਹਿਮਾਚਲ ਵਾਲਿਆਂ ਨੇ ਕਰਤਾ, ਅਤੇ ਮੈਨੂੰ ਲੱਗਦਾ ਸੀ ਵੀ ਇਹਨੇ ਵੀ ਕਰ ਦੇਣਗੇ, ਹੈ ਨਾ, ਕਿਉਂਕਿ ਪੰਜਾਬ ਦੀਆਂ ਜਿਹੜੀਆਂ ਪਾਰਲੀਮੈਂਟ ਸੀਟਾਂ ਨੇ ਉਹ ਮਿਹਨਤ ਰੱਖਦੀਆਂ 13 ਲੜਨ ਲਈ ਆਮ ਆਦਮੀ ਪਾਰਟੀ ਨੂੰ, ਪਰ ਮੈਨੂੰ ਲੱਗਦਾ ਬਜਟ ਹੀ ਮਤਲਬ ਕਰਜ਼ਾ ਹੀ ਇੰਨਾ ਚਲਿਆ ਗਿਆ ਵੀ 3,74,000 ਕਰੋੜ ਤੱਕ ਕਰਜ਼ਾ ਪਹੁੰਚ ਜੂਗਾ, ਜੇ ਉਹ ਵੀ ਪਾ ਲਓ ਫਿਰ ਤਾਂ 4 ਲੱਖ ਦੇ ਕਰੀਬ ਹੀ ਪਹੁੰਚ ਜਾਣਾ ਕਰਜ਼ਾ, ਇਸ ਕਰਕੇ ਮੈਨੂੰ ਲੱਗਦਾ ਉੱਥੋਂ ਫਿਰ ਹਾਲੇ ਬਚਾਅ ਹੋ ਗਿਆ ਵੀ ਉਹ ਹਾਲੇ ਅਨਾਊਂਸਮੈਂਟ ਹੋਈ ਨਹੀਂ, ਪਰ ਪਤਾ ਨਹੀਂ ਹੋ ਸਕਦਾ ਕਿਉਂਕਿ ਹਿਮਾਚਲ ਵਾਲਿਆਂ ਨੇ ਵੀ ਬਜਟ ਪਾਸ ਕਰਨ ਤੋਂ ਬਾਅਦ ਕੀਤੀ ਉਹ ਅਨਾਊਂਸਮੈਂਟ। ਸੋ ਇਸ ਲਈ ਜਿਹੜਾ ਕੈਪੀਟਲ ਸਾਡੇ ਕੋਲ ਬਚਦਾ ਨਾ ਵੀ ਕੈਪੀਟਲ ਖਰਚਾ ਜਿਹਨੂੰ ਅਸੀਂ ਪੂੰਜੀਗਤ ਖਰਚਾ ਕਹਿੰਦੇ ਹਾਂ, ਜਿਹੜਾ ਅਸਲ 'ਚ ਡਿਵੈਲਪਮੈਂਟ ਦੇ ਉੱਤੇ ਖਰਚਾ ਜਾਂਦਾ, ਉਹ ਸਿਰਫ 7,445 ਕਰੋੜ 5% ਹੀ ਰਹਿ ਜਾਂਦਾ ਬਜਟ ਐਕਸਪੈਂਡੀਚਰ ਦਾ, ਇਹ ਤੋਂ ਵੱਧ ਹੈ ਨਹੀਂ ਗਾ। ਇਸ ਲਈ ਕਿੱਥੋਂ ਮਤਲਬ ਅਸੀਂ ਜਿਹੜੀਆਂ ਡਿਵੈਲਪਮੈਂਟ ਕਰਨੀ ਹੈ ਸਾਰਾ ਕੁਛ ਕਰਨਾ ਉਹ ਕਿਵੇਂ ਹੋਊਗਾ ਨਾ, ਇਹ ਬੜਾ ਵੱਡਾ ਸਵਾਲ ਸਾਡੇ ਸਾਹਮਣੇ ਖੜ੍ਹਾ, ਇਹ ਸਰਕਾਰ ਦੇ ਸਾਹਮਣੇ ਵੀ ਖੜ੍ਹਾ। ਬਿਲਕੁਲ 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 ਜੀ, ਗੱਲ ਤਾਂ ਇਹ ਕਿ ਅੰਕੜੇ ਤਾਂ ਇੱਧਰ ਉੱਧਰ ਕਰਕੇ ਸਰਕਾਰਾਂ ਪੂਰੇ ਕਰ ਲੈਂਦੀਆਂ ਨੇ, ਜਿਹੜੇ ਲੋਕਾਂ ਨੂੰ ਜਿਹੜੀਆਂ ਆਸ ਨੇ ਜਿਹੜੀਆਂ ਉਮੀਦਾਂ ਨੇ ਉਹ ਬਸ ਪੂਰੀਆਂ ਨਹੀਂ ਹੁੰਦੀਆਂ ਹੈਗੀਆਂ। ਹੁਣ ਦੇਖੋ ਤੁਸੀਂ ਕੱਲ੍ਹ ਦੇ ਅਖਬਾਰ ਦੇ ਵਿੱਚ ਖਬਰ ਸੀ, ਨਿਊਜ਼ ਪੇਪਰ 'ਚ ਲਿਖਿਆ ਕਿ ਭਗਵੰਤ ਮਾਨ ਸਾਹਿਬ ਅਤੇ ਕੇਜਰੀਵਾਲ ਸਾਹਿਬ ਦੀ ਉੱਪਰ ਵੱਡੀ ਫੋਟੋ ਲੱਗੀ ਹੋਈ ਹੈ, ਉਹ ਕਹਿੰਦੇ ਕਿ ਉਦਯੋਗਪਤੀਆਂ ਦੇ ਲਈ ਸਰਕਾਰ ਕਹਿੰਦੀ ਹੈ ਇੱਕ ਹੋਰ ਰਾਹਤ, 1,00,000 ਰੁਪਏ ਤੱਕ ODS,
ਯਾਨੀ ਕਿ ਇਹ OTS ਦੀ ਸਕੀਮ ਕਿਸਾਨ ਦੇ ਲਈ ਕਿਉਂ ਨਹੀਂ, ਮਜ਼ਦੂਰ ਦੇ ਲਈ ਕਿਉਂ ਨਹੀਂ? ਤੁਸੀਂ ਦੇਖੋ ਕਿ ਪਿੰਡਾਂ ਦੇ ਵਿੱਚ ਜਿਹੜੇ ਮਜ਼ਦੂਰ ਨੇ ਉਹਨਾਂ ਦੇ 20-25 ਹਜ਼ਾਰ ਦੇ ਲੋਨ ਹੋਏ ਹੋਏ ਨੇ, ਛੋਟੇ ਛੋਟੇ ਮੈਕਸੀਮਮ 50 ਹਜ਼ਾਰ ਦੇ ਨੇ, ਉਹ ਉਹਨਾਂ ਤੋਂ ਡਿਫਾਲਟਰ ਹੋਏ ਹੋਏ ਨੇ, ਭਰ ਨਹੀਂ ਹੋਏ। ਲੇਕਿਨ ਸਰਕਾਰਾਂ ਨੂੰ ਠੀਕ ਹੈ, ਉਦਯੋਗਪਤੀਆਂ ਨੂੰ ਰਿਆਇਤਾਂ ਸਰਕਾਰਾਂ ਦੇਣ, ਕੋਈ ਵੀ ਸਰਕਾਰ ਹੋਵੇ, ਉਹਨਾਂ ਲੋਕਾਂ ਨੂੰ ਕਿਉਂ ਨਹੀਂ? ਥੋੜ੍ਹਾ ਬਹੁਤ ਤਾਂ ਕਰੇ ਸਕਦੇ ਹੋ, OTS ਉਹਨਾਂ ਲਈ ਵੀ ਕਰ ਦਿਉ, ਉਦਯੋਗਪਤੀਆਂ ਦੇ ਲਈ ਹੀ, ਇਕੱਲਿਆਂ ਲਈ ਕਿਉਂ? ਨਹੀਂ ਦੇਖੋ, ਜਿਹੜੀ ਖੇਤੀਬਾੜੀ ਹੈ ਉਹਦਾ 27% ਸ਼ੇਅਰ ਹੈ ਸਾਡੀ ਪੈਦਾਵਾਰ 'ਚ, ਅਤੇ 26-27% ਉਹ 'ਚ ਕੰਮੇ ਕੰਮ ਕਰਦੇ ਹੈ। ਜਿਹੜਾ ਸਾਡਾ ਇਹ ਖੇਤਰ ਹੈ ਉਦਯੋਗ ਵਾਲਾ, ਉਹਦੀ ਵੀ 27% ਹੀ ਹੈ ਜਿਹੜੀ ਹਿੱਸਾ ਹੈ ਜੀ, ਉਹਦਾ 27% ਹੀ ਹਿੱਸਾ, ਅਤੇ ਉਹਦੀ ਇੰਪਲੋਇਮੈਂਟ 34% ਹੈ। ਅਤੇ ਇਸ ਲਈ ਤੁਸੀਂ ਮਤਲਬ ਉੱਥੇ ਤਾਂ ਮਿਲਣੀਆਂ ਕਰਨੀਆਂ ਹੋਰ ਕਰਨੀਆਂ ਉਹ ਸਾਰਾ ਕੁਛ ਠੀਕ ਹੈ। ਕਿਸਾਨਾਂ ਲਈ ਤਾਂ ਮੇਰਾ ਖਿਆਲ 1-2 ਸਾਲ ਹੋ ਗਏ, ਜਿਹੜੀ ਪਿਛਲੇ ਮਾਰਚ 'ਚ ਆਉਣੀ ਸੀਗੀ ਐਗਰੀਕਲਚਰ ਪੋਲਿਸੀ, ਉਹ ਆਈ ਨਹੀਂ ਐਤਕੀ, ਵੀ ਮੈਨੂੰ ਨਹੀਂ ਲੱਗਦਾ ਆਈ ਨਹੀਂ, ਬਜਟ ਤੱਕ ਤਾਂ ਆਈ ਨਹੀਂ ਉਹ। ਸੋ ਇਸ ਲਈ ਮਤਲਬ ਕਿਸਾਨਾਂ ਦਾ ਜਿਹੜਾ ਨੀਤੀਗਤ ਹੈ ਉਹ ਕੀ ਹੋਣਾ, ਅਤੇ ਉਹਦੇ ਸੰਬੰਧ 'ਚ ਜਾਂ ਕਰਜ਼ੇ ਦੇ ਬਾਰੇ 'ਚ ਜਿਹੜਾ ਕੁਛ ਵੀ ਚੱਲ ਰਿਹਾ, ਹਾਂ PAC ਬਾਰੇ ਜ਼ਰੂਰ ਕਿਹਾ ਵੀ ਅਸੀਂ ਉਹਨੂੰ ਮਾਡਰਨਾਈਜ਼ ਕੰਪਿਊਟਰਾਈਜ਼ ਕਰਾਂਗੇ, ਉਹਦੇ ਲਈ ਕੁਛ ਪੈਸੇ ਰੱਖੇ ਹੈ, ਲੇਕਿਨ ਮੰਡੀਆਂ ਦੇ ਬਾਰੇ 'ਚ ਇਹਨੇ ਲਿਖਿਆ ਵੀ ਹਾਂਜੀ ਅਸੀਂ ਮੰਡੀਆਂ ਦਾ ਥੋੜ੍ਹਾ ਸੁਧਾਰ ਜਿਹੜਾ ਕਰਾਂਗੇ, ਉਹਦੇ ਲਈ ਵੀ ਪੈਸੇ ਰੱਖੇ ਹੈਗੇ ਆ। ਲੇਕਿਨ ਜਿਹੜੀ ਵੱਡੀ ਗੱਲ ਹੈ ਨਾ ਕਿ ਤੁਸੀਂ ਖੇਤੀਬਾੜੀ ਉਪਜ ਦੇ ਉੱਤੇ MSP ਦੀ ਜਿਹੜਾ ਸਵਾਲ ਹੈ, ਜਿਵੇਂ ਕੇਰਲਾ ਦੇ ਵਿੱਚ ਹੈਗਾ ਇਹ ਪ੍ਰੋਵੀਜ਼ਨ, ਉਹ 14-15-16 ਸਬਜ਼ੀਆਂ ਸਮੇਤ ਕਈ ਫਸਲਾਂ ਦੀ MSP ਗਰੰਟੀ ਕਰਦੇ ਆ ਉਹ ਕੇਰਲਾ, ਅਤੇ ਤੁਸੀਂ ਮੂੰਗੀ ਦੀ ਗਰੰਟੀ ਕੀਤੀ ਅਤੇ ਉਹ ਤੋਂ ਅੱਗੇ ਵਧੇ ਨਹੀਂ ਆਪਾਂ, ਐਤਕੀ ਕਿਨੂਆਂ ਦਾ ਕੀ ਹਾਲ ਹੋਇਆ, ਉੱਥੇ ਲੋਕਾਂ ਨੇ ਢੇਰੀ ਕਰਕੇ ਟਰਾਲੀਆਂ ਦੀਆਂ ਟਰਾਲੀਆਂ ਟਰੈਕਟਰ ਚੜ੍ਹਾ ਤੇ, ਅਤੇ ਫਿਰ ਜੇ ਅਸੀਂ ਵਿਭਿੰਨ ਦਾ ਇੱਕ ਪਾਸੇ ਸੀ। ਇੱਕ ਗੱਲ ਇਹ ਦੱਸਿਓ, ਕੁਛ ਕੁ ਦਿਨ ਪਹਿਲਾਂ, 2-3 ਦਿਨ ਪਹਿਲਾਂ ਮਾਨ ਸਾਹਿਬ ਦੀ ਇੱਕ ਇੰਟਰਵਿਊ ਆਉਂਦੀ ਹੈ ਨੈਸ਼ਨਲ ਚੈਨਲ ਦੇ ਉੱਪਰ, ਉਹ ਕਹਿੰਦੇ ਨੇ ਕਿ MSP ਪੰਜਾਬ ਨਹੀਂ ਦੇ ਸਕਦਾ, ਪੰਜਾਬ ਦੇ ਹੱਥ ਵਸ ਕਿੰਨਾ ਕੁ ਹੈ MSP? ਦੇਖੋ ਉਹਦੇ ਲਈ ਪਹਿਲਾਂ ਤਾਂ ਇਹ ਸਮਝੀਏ ਕਿ ਜਿਹੜੀ MSP ਹੈ ਨਾ, ਉਹਨੂੰ ਇਸ ਤਰ੍ਹਾਂ ਲਿਆ ਜਾਂਦਾ ਕਿ ਜਿਵੇਂ ਉਸ ਇੱਕ ਵਾਰੀ ਖਰਚਾ ਹੋ ਗਿਆ ਅਤੇ ਮੁੜ ਕੇ ਤਾਂ ਉਹ ਆਉਣਾ ਨੀਗਾ, ਇਸ ਤਰ੍ਹਾਂ ਦੀ ਗੱਲ ਨਹੀਂ ਹੈ। MSP ਦੇਣਾ ਇਹਦਾ ਮਤਲਬ ਹੈ ਕਿ ਤੁਸੀਂ ਇੱਕ ਫਸਲ ਖਰੀਦੀ, ਉਹਦਾ ਮੰਡੀਕਰਨ ਦਾ ਕੋਈ ਪ੍ਰਬੰਧ ਕੀਤਾ, ਵੇਚ ਕੇ ਪੈਸੇ ਵਾਪਸ ਆ ਗਏ ਜੀ, ਉਹ ਆਪਣੀ ਥਾਂ 'ਤੇ ਹੈਗਾ। ਕਿ ਪੰਜਾਬ ਸਰਕਾਰ ਕੋਲ ਸਾਰੀ ਇਹ ਗੱਲ ਪੱਕੀ ਹੈ ਕਿ ਸਾਰਾ ਉਹ ਕਰ ਨਹੀਂ ਸਕਦੀ, ਸਾਰੀ ਫਸਲ ਖਰੀਦ ਨਹੀਂ ਸਕਦੀ, ਅਤੇ ਮਿਨੀਮਮ ਸਪੋਰਟ ਪ੍ਰਾਈਸ ਦੀ ਜਿਹੜੀ ਗੱਲ ਹੈ, ਪਹਿਲਾਂ ਕਿਸਾਨ ਵੀ ਕਹਿੰਦੇ ਜੀ ਖੇਤੀਬਾੜੀ ਸਟੇਟ ਦਾ ਸਬਜੈਕਟ ਹੈ ਹਾਂਜੀ, ਕੇਂਦਰ ਦਾ ਨਹੀਂ, ਉਹਨੇ ਫਿਰ ਵੀ ਕਾਨੂੰਨ ਪਾਸ ਕਰੇ, ਚਲੋ ਆਪਾਂ ਇਹ ਮੰਨ ਲਈਏ, ਲੇਕਿਨ ਕੇਂਦਰ ਵੀ MSP 'ਤੇ ਜਿਹੜਾ ਉਹ ਇਹੀ ਮੰਗ ਰਿਹਾ ਕਿਸਾਨ ਕਿ ਤੁਸੀਂ ਭਾਈ ਇਹ ਪਾਸ ਕਰ ਦਿਓ ਕਿ ਇਹ ਘੱਟੋ ਘੱਟ ਮੁੱਲ ਹੋਊਗਾ, ਇਹਦੇ ਥੱਲੇ ਵਿਕੂਗਾ ਨਹੀਂ ਇਹ, ਅਤੇ ਜੇ ਵਪਾਰੀ ਖਰੀਦ ਲੈਂਦਾ ਤਾਂ ਠੀਕ ਹੈ, ਅਤੇ ਜੇ ਵਪਾਰੀ ਨਹੀਂ ਖਰੀਦਦਾ ਫਿਰ ਉਹ ਸਰਕਾਰ ਖਰੀਦ ਕੇ ਵੇਚ ਦੇਵੇ, ਹੈ ਨਾ, ਬਹੁਤ ਥੋੜ੍ਹਾ ਹੀ ਹੋਊਗਾ ਨਾ ਸਾਰਾ, ਤਾਂ ਇਹ ਥੋੜ੍ਹਾ ਵਪਾਰ ਬੰਦ ਹੋ ਜਾਊਗਾ ਖੇਤੀਬਾੜੀ 'ਚ। ਜੇ ਤੁਸੀਂ MSP ਦੇ ਦਿਉਂਗੇ ਤਾਂ ਵਪਾਰ ਥੋੜ੍ਹਾ ਬੰਦ ਹੋ ਜਾਣਾ, ਖਰੀਦੋ ਫਰੋਖਤ ਥੋੜ੍ਹਾ ਬੰਦ ਹੋ ਜਾਣੀ ਹੈ, ਆਟਾ ਚੱਕੀਆਂ ਨੇ ਥੋੜ੍ਹਾ ਬੰਦ ਹੋ ਜਾਣਾ, ਹੈਂਜੀ ਬ੍ਰੈਡ ਵਾਲਿਆਂ ਨੇ ਥੋੜ੍ਹਾ ਬੰਦ ਹੋ ਜਾਣਾ, ਬ੍ਰੈਡ ਵਾਲਿਆਂ ਨੇ ਬ੍ਰੈਡ ਬਣਾਉਣੀ ਹੈ, ਹੋਰ ਕੁਛ ਬਣਨਾ, ਪੀਜ਼ਾ ਵੀ ਬਣਨਾ, ਸਾਰਾ ਕੁਛ ਬਣਨਾ, ਉਹ ਤਾਂ ਖਰੀਦੂਗਾ ਹੀ। ਸੋ ਇਸ ਲਈ ਇਹ ਨਹੀਂ ਹੈ ਵੀ ਉਹ ਖਰੀਦਣੋਂ ਬੰਦ ਹੋ ਜੂਗਾ, ਇਸ ਲਈ ਉਹਦਾ ਦੂਜੀ ਗੱਲ ਇਹ ਹੈ ਕਿ ਹਾਂ ਇਕੱਲਾ ਪੰਜਾਬ ਮਤਲਬ ਇਹ ਕੰਮ ਨਹੀਂ ਕਰ ਸਕਦਾ ਵੀ ਉਹ MSP ਦੇ ਦੇ, ਲੇਕਿਨ
ਬਹੁਤ ਸਾਰੀਆਂ ਥਾਵਾਂ ਤੇ ਹੈਗਾ ਵੀ MSP ਹੈ ਜੇ ਤਾਂ ਥੱਲੇ ਵਿਕਦਾ ਜੀ ਉਹਦੀ ਭਰਪਾਈ ਕਰ ਦਾਂਗੇ, ਹੈ ਨਾ, ਉਹਨੂੰ ਕੀਮਤ ਭਰਪਾਈ ਵੀ ਕਹਿੰਦੇ ਆ, ਇੱਕ ਸਕੀਮ ਉਹ ਵੀ ਹੈ। ਪਰ ਮੈਂ ਤਾਂ ਇਹ ਕਹਿੰਦਾ ਵੀ ਕੋਈ ਜਿਹੜਾ ਜੇ ਤੁਸੀਂ ਡਾਇਵਰਸੀਫਿਕੇਸ਼ਨ ਲਈ ਰੱਖ ਰਹੇ ਹੋ ਪੈਸੇ, ਤਾਂ ਉਹਦਾ ਇਹ ਤਾਂ ਦੱਸ ਦੇਣਾ ਵੀ ਕਿਵੇਂ ਡਾਇਵਰਸੀਫਾਈ ਹੋਊਗਾ, ਕੀ ਬਿਨਾਂ MSP ਦੇ ਹੋਜੂਗਾ, ਬਿਨਾਂ ਖਰੀਦ ਦੇ ਹੋਜੂਗਾ, ਮੰਡੀ ਦੀ ਛੋਟੀ ਤੋਂ ਬਿਨਾਂ ਹੋਜੂਗਾ, ਜੇ ਲੋਕ ਕਿੰਨੂੰ ਬਣਾਉਣਗੇ ਕੀ ਕਿੰਨੂੰ ਫਿਰ ਚੱਲੂਗਾ, ਇੱਕ ਕੋਈ ਪੋਲਿਸੀ ਤਾਂ ਹੋਵੇ ਨਾ। ਫਿਰ ਤੁਸੀਂ ਨਹੀਂ ਕਰ ਸਕਦੇ, ਠੀਕ ਹੈ ਇਹ ਗੱਲ ਵੀ ਇਕੱਲੇ ਹੀ ਪੰਜਾਬ ਸਟੇਟ ਸਾਰੀਆਂ ਫਸਲਾਂ ਦੇ ਉੱਤੇ MSP ਜਿਹੜੀ ਉਵੇਂ ਨਹੀਂ ਕਰ ਸਕਦੀ, ਪਰ ਕੁਛ ਤਾਂ ਕਰ ਸਕਦੀ ਹੈ ਨਾ, ਵੀ ਇਹ ਥੋੜ੍ਹਾ ਵੀ ਕੁਛ ਵੀ ਨਹੀਂ ਕਰ ਸਕਦੀ। ਅਤੇ ਦੂਜੀ ਗੱਲ ਹੈਗੀ ਹੈ ਖੇਤੀਬਾੜੀ 'ਚ ਜਿਹੜਾ ਪਬਲਿਕ ਇਨਵੈਸਟਮੈਂਟ ਹੈ, ਜਿਹੜੀ ਸਰਕਾਰੀ ਨਿਵੇਸ਼ ਹੈ, ਉਹ ਕੌਣ ਕਰੂਗਾ, ਉਹ ਕਿਵੇਂ ਹੋਊਗਾ। ਹੁਣ ਕੇਂਦਰ 'ਚ ਜਿਹੜਾ ਪਿਛਲਾ ਬਜਟ ਹੈ ਨਾ, ਉਹਦੇ 'ਚ ਇਹ ਦੇਖਣ ਦੀ ਲੋੜ ਹੈ ਕਿ ਜਿਹੜੀ ਗ੍ਰਾਂਟ ਇਨ ਏਡ ਫਰੋਮ ਸੈਂਟਰ ਹੈ, ਕੇਂਦਰ ਤੋਂ ਹੈ, ਉਹ 22-23 'ਚ 21,976 ਕਰੋੜ ਸੀਗੀ, ਹੁਣ ਵਾਲੇ ਬਜਟ 'ਚ ਉਹ 11,748 ਕਰੋੜ ਰਹਿ ਗਈ। ਆਲਮੋਸਟ ਇਹ 10,000 ਕਰੋੜ ਘੱਟ ਗਿਆ। ਇਹ ਕੇਂਦਰ ਦੀ ਵੀ ਮਾੜੀ ਗੱਲ ਹੈ ਕਿ ਤੁਸੀਂ ਗ੍ਰਾਂਟ ਰੋਕ ਰਹੇ ਹੋ ਕਿਸੇ ਸਟੇਟ ਦੀ, ਹੈ ਨਾ ਜੀ। ਇਹਨਾਂ ਨੂੰ ਲੜਨਾ ਚਾਹੀਦਾ, ਫੈਡਰਲਿਜ਼ਮ ਦੇ ਅੰਡਰ ਇਹ ਲੜਾਈ ਹੈ। ਇੱਕ ਲੜਾਈ ਹੋਰ ਵੀ ਹੈ ਜਿਹੜੀ ਏਜੰਡੇ 'ਤੇ ਨਹੀਂ ਆਉਂਦੀ, ਜਿਹੜੀ ਪੰਜਾਬ ਸਰਕਾਰ ਨੂੰ ਚਾਹੀਦੀ ਹੈ ਕਿ ਕੇਂਦਰ ਸਰਕਾਰ ਨੇ ਜਿਹੜਾ ਵਿੱਤ ਕਮਿਸ਼ਨ ਹੈ, ਜਦੋਂ ਉਹਨੇ ਕਿਹਾ ਹੁਣ 15ਵਾਂ ਵਿੱਤ ਕਮਿਸ਼ਨ ਹੈ ਨਾ, 14ਵੇਂ 'ਚ ਸ਼ੁਰੂ ਹੋਇਆ ਇਹ, 15ਵਾਂ ਵਿੱਤ ਕਮਿਸ਼ਨ ਵੀ ਹੈ, ਉਹਦੇ ਵਿੱਚ ਜਿਹੜੀ ਡੈਵੋਲੂਸ਼ਨ ਪੈਸਾ ਦੇਣਾ ਸੀ ਸਟੇਟ ਨੂੰ, ਉਹਦਾ ਜਿਹੜਾ ਫਾਰਮੂਲਾ, ਉਹਨੂੰ ਜਦੋਂ ਉਹਨਾਂ ਨੇ ਵਧਾਏ ਪੈਸੇ, ਤਾਂ ਕੇਂਦਰ ਨੂੰ ਲੱਗਿਆ ਵੀ ਜ਼ਿਆਦਾ ਪੈਸੇ ਸੂਬਿਆਂ ਨੂੰ ਜਾ ਰਹੇ ਹੈ। ਉਹਨਾਂ ਨੇ ਨਾ ਟੈਕਸ ਦੀ ਬਜਾਏ, ਟੈਕਸ ਜਿਹੜੀ ਇਨਕਮ ਹੈ ਉਹ ਸ਼ੇਅਰੇਬਲ ਹੈ, ਜਿਹੜਾ ਟੈਕਸ ਲੱਗਦਾ, ਜਿਹੜਾ ਸਰਚਾਰਜ ਲੱਗਦਾ ਅਤੇ ਸੈੱਸ ਲੱਗਦਾ ਉਹ ਸ਼ੇਅਰ ਨਹੀਂ ਕਰਦੀ ਕੇਂਦਰ। ਉਹਨਾਂ ਨੇ ਟੈਕਸ ਦੀ ਬਜਾਏ ਨਾ ਜਿਵੇਂ ਤੇਲ ਹੋ ਗਿਆ, ਹੋਰ ਚੀਜ਼ਾਂ ਹੋ ਗਈਆਂ, ਉਹਦੇ ਉੱਤੇ ਸਰਚਾਰਜ ਅਤੇ ਸੈੱਸ ਲਾਉਣਾ ਸ਼ੁਰੂ ਕਰ ਲਿਆ। ਲੱਖਾਂ ਕਰੋੜਾਂ ਰੁਪਈਏ ਉਹਨਾਂ ਨੇ ਇਕੱਠੇ ਕਰੇ, ਸ਼ੇਅਰ ਨਹੀਂ ਕੀਤਾ ਸੂਬਿਆਂ ਨਾਲ। ਹੁਣ ਤੁਹਾਨੂੰ ਇਹ ਬੜੀ ਹੈਰਾਨੀ ਹੈ ਕਿ ਜਿਹੜੇ ਸਾਊਥ ਵਾਲੇ ਸਾਰੇ ਸੂਬੇ ਹੈ ਉਹ ਇਸ ਗੱਲ 'ਤੇ ਮੁਤਫਿਕ ਹੈ, ਸਾਰੇ ਇਕੱਠੇ ਹੈ ਕਿ ਕੇਂਦਰ ਸਾਡੇ ਨਾਲ ਦਰੈਂਤ ਕਰ ਰਿਹਾ ਕਿ ਸਾਡਾ 100% ਬਣਦਾ ਸੀਗਾ, ਜਿਹੜੇ ਪੈਸੇ ਆਉਣੇ ਸੀ ਉਹ 84% ਹੀ ਦਿੱਤੇ ਹੈ। ਉੱਥੇ ਦੇ ਬੁੱਧੀਜੀਵੀ ਵੀ ਇਹ ਕਹਿ ਰਹੇ ਆ, ਉੱਥੇ ਸਰਕਾਰਾਂ ਵੀ ਇਹ ਕਹਿੰਦੇ ਵੀ ਸਾਡੇ ਨਾਲ ਤੁਸੀਂ ਇਹ ਕੀ ਕਰ ਰਹੇ ਹੋ। ਸੋ ਇੱਕ ਲੜਾਈ ਇਹ ਵੀ ਹੈ ਕਿ ਜਿਹੜੀ ਇਹ ਗ੍ਰਾਂਟ ਇਨ ਏਡ ਆ ਉਹਦੇ 'ਤੇ ਬੋਲ ਵੀ ਰਹੇ ਹਾਂ, ਕਰ ਵੀ ਰਹੇ ਹਾਂ, ਲੇਕਿਨ ਉਹਨੂੰ ਕਿਸੇ ਸਿਸਟਮੈਟਿਕ ਤਰੀਕੇ ਨਾਲ ਲੜਿਆ ਜਾਵੇ, ਇਸ਼ੂ ਨੂੰ ਢੰਗ ਨਾਲ ਫਲੈਸ਼ ਕੀਤਾ ਜਾਵੇ ਅਤੇ ਉਹਦੇ 'ਤੇ ਡਿਬੇਟ ਹੋਵੇ, ਉਹ ਉਸ ਤਰ੍ਹਾਂ ਦੀ ਨਹੀਂ ਹੋ ਰਹੀ। ਇਹ ਠੀਕ ਹੈ ਨਾ, ਕੇਂਦਰ ਨਾਲ ਇਕੱਲੀ ਗ੍ਰਾਂਟ ਇਨ ਏਡ ਦੀ ਨਹੀਂ, ਬਾਕੀ ਸ਼ੇਅਰ ਦੀ ਵੀ ਗੱਲ ਹੈਗੀ ਹੈ ਕਿ ਹੋਵੇ। ਸੋ ਇਸ ਕਰਕੇ ਤੀਜੀ ਜਿਹੜੀ ਗੱਲ ਹੈ ਕਿ ਤੁਸੀਂ ਆਪਣੀ ਆਮਦਨੀ ਕਿਵੇਂ ਵਧਾ ਸਕਦੇ ਹੋ ਨਾ, ਉਹ ਵਧਾਉਣ 'ਚ ਤੁਹਾਨੂੰ ਆਪਣੀ ਤਕਨੀਕ ਵੀ ਯੂਜ਼ ਕਰਨੀ ਚਾਹੀਦੀ ਹੈ ਕਿ ਬਹੁਤ ਸਾਰਾ ਕੁਛ ਬਿਨਾਂ ਬਿੱਲ ਦੇ ਰੋਜ਼ ਵਿਕਦਾ। ਅਤੇ ਜਿਹੜੇ ਵਿੱਤ ਮੰਤਰੀ ਸਾਹਿਬ ਉਹਨਾਂ ਨੇ ਕਿਹਾ ਜੀ ਬਿੱਲ ਲਿਆਓ ਅਤੇ ਨਾਮ ਪਾਓ, ਉਹਦੇ 60,000 ਬੰਦਿਆਂ ਨੇ ਬਿੱਲ ਅਪਲੋਡ ਕਰੇ, 60 ਲੱਖ ਦਾ ਕਹਿੰਦੇ ਅਸੀਂ ਇਨਾਮ ਦੇ ਤਾ, ਅਤੇ ਕਿੰਨਾ ਆਇਆ ਜੀ 58 ਕਰੋੜ ਰੁਪਏ ਦਾ ਟੈਕਸ ਆਇਆ। ਅਤੇ ਜਿਹੜਾ ਟੈਕਸ ਦੀ ਗੱਲ ਅਸੀਂ ਕਰਦੇ ਹਾਂ ਕਿ ਜਿਹੜੀ ਟੈਕਸ ਰੈਵਨਿਊ ਆ, ਓਨ ਟੈਕਸ ਰੈਵਨਿਊ, ਉਹ ਤਾਂ 58,900 ਕਰੋੜ ਹੈ, ਉਹਦੇ 'ਚ 58 ਕਰੋੜ ਤੁਸੀਂ, ਉਹ ਜਿਹੜੀ ਚੋਰੀ ਹੈ ਟੈਕਸ ਦੀ, ਹੈ ਨਾ। ਸਾਰਿਆਂ ਨੂੰ ਪਤਾ ਕਿ ਜੇ ਮੈਂ ਕਹਾਂ ਜੀ ਆ ਬਿੱਲ ਜਿਹੜਾ ਦਿਓ, ਉਹ ਕਹਿੰਦਾ ਜੀ ਫਿਰ ਟੈਕਸ ਲੱਗੂਗਾ, ਉਹ ਕਹਿੰਦਾ ਚੱਲ ਫਿਰ ਠੀਕ ਹੈ ਬਿੱਲ ਰਹਿਣ ਦੇ, ਕਣੀ ਠੀਕ ਹੈ।
ਹੈਨਾ ਆਹ ਹੁਣ ਤੁਸੀਂ ਕੰਸਟਰਕਸ਼ਨ ਦੇ ਵਿੱਚ ਟਰਾਲੀ ਖਰੀਦਦੇ ਹੋ ਰੇਤੇ ਦੀ, ਕੋਈ ਬਿੱਲ ਦਿੰਦਾ ਜਾਂ ਬਿੱਲ ਲੈਂਦਾ? ਕੋਈ ਨਹੀਂ ਲੈਂਦਾ। ਇੱਟਾਂ ਦੀ ਖਰੀਦ ਹੁੰਦੀ ਹੈ, ਕੋਈ ਬਿੱਲ ਨਹੀਂ ਹੁੰਦਾ ਕੰਸਟਰਕਸ਼ਨ 'ਚ, ਹਾਂਜੀ। ਸੋ ਇਸ ਲਈ ਜਿਹੜਾ ਇਹ ਟੈਕਸ ਚੋਰੀ ਹੈ ਨਾ, ਉਹਦੇ ਲਈ ਨਵੀਂ ਟੈਕਨੋਲੋਜੀ ਲਿਆਉਣੀ ਚਾਹੀਦੀ ਹੈ। ਟੈਕਸ ਰੇਟ ਨਾ ਵਧਾਓ, ਇਸ ਬਜਟ ਦੇ ਵਿੱਚ ਕੋਈ ਟੈਕਸ ਨਵਾਂ ਨਹੀਂ ਲਾਇਆ ਗਿਆ, ਠੀਕ ਹੈ, ਲੇਕਿਨ ਜਿਹੜਾ ਟੈਕਸ ਹੈਗਾ ਉਹ ਪੂਰੀ ਤਰ੍ਹਾਂ ਘਰਾਇਆ ਜਾਵੇ। ਉਹਦੇ ਲਈ ਸਿਸਟਮ ਵੀ ਤਾਂ ਡਿਵੈਲਪ ਹੋਣਾ ਚਾਹੀਦਾ ਨਾ, ਕਿ ਉਹ ਹੈ ਤਾਂ ਕਿ ਆਮਦਨ ਵਧੇ ਅਤੇ ਕਰਜ਼ਾ ਸਾਡੇ ਤੋਂ ਘਟੇ। ਉਹ ਇਸੇ ਤਰ੍ਹਾਂ ਹੀ ਮਾਈਨਿੰਗ ਜਿਹੜੀ ਹੈ, ਉਹਦੇ 'ਤੇ ਰੋਜ਼ ਖਬਰਾਂ ਆਉਂਦੀਆਂ, ਹੁਣ ਕਦੇ ਕਿਤੇ ਹੋ ਜਾਂਦਾ ਕਦੇ ਕਿਤੇ ਹੋ ਜਾਂਦਾ। ਅਤੇ ਸੁਪਰੀਮ ਕੋਰਟ ਨੇ ਰੋਪੜ ਬਾਰੇ ਤਾਂ ਕਹਿੰਦਾ ਇਹਦੀ ਪੂਰੀ ਮੋਨੀਟਰਿੰਗ ਕਰੋ, ਹੈ ਨਾ ਜੀ। ਅਤੇ ਐਕਸਾਈਜ਼ ਡਿਊਟੀ ਜਿੰਨਾ ਅਸੀਂ ਕਹਿੰਦੇ ਸੀ ਉਹ ਅਸੀਂ ਨਹੀਂ ਕਮਾ ਪਾਏ, 6,000 ਕਰੋੜ ਸੀਗਾ ਜਦੋਂ ਕਾਂਗਰਸ ਦੀ ਸਰਕਾਰ ਸੀਗੀ, ਅਸੀਂ 9,000 ਕਰੋੜ 'ਤੇ ਪਹੁੰਚੇ ਹਾਲੇ। ਸੋ ਇਸ ਲਈ ਕਾਫੀ ਕੁਛ ਕਰਨ ਦੀ ਲੋੜ ਹੈਗੀ ਹੈ ਨੀਤੀਗਤ ਤੌਰ 'ਤੇ, ਜਾਂ ਉਹਨੂੰ ਟੈਕਨੋਲੋਜੀ ਵਰਤ ਕੇ ਕਿਸੇ ਤਰ੍ਹਾਂ ਕਰਨ ਦੀ ਗੱਲ ਹੈ। ਜਿਵੇਂ ਤੁਸੀਂ ਕਰ ਸਕਦੇ ਹੋ ਕਿ ਬਹੁਤ ਸਾਰੇ ਜਿਹੜੇ ਅੱਜ ਕੱਲ੍ਹ ਮੈਡੀਕਲ ਦੇ ਸਟੋਰ ਹੈ, ਉਹਨਾਂ ਨੂੰ ਉਹਨਾਂ ਨੇ ਜ਼ਰੂਰੀ ਕਰਤਾ ਵੀ ਆਪਣਾ ਭਾਈ ਇਹਦੇ 'ਤੇ ਚੇਪੀ ਲਾਓ ਅਤੇ ਬਾਰਕੋਡ ਲਿਆਓ, ਕਿੰਨੀਆਂ ਦਵਾਈਆਂ ਆਈਆਂ ਕਿੰਨੀਆਂ ਗਈਆਂ, ਜਾਲੀ ਨਾ ਹੋਣ। ਅਤੇ ਤੁਸੀਂ ਜਿਹੜੀਆਂ ਚੀਜ਼ਾਂ ਆਉਂਦੀਆਂ ਨੇ ਮੇਨਲੀ ਉਹਨੂੰ ਕਲਾਸੀਫਾਈ ਕਰ ਲਓ ਅਤੇ ਉਹਦੇ ਬਾਰਕੋਡ ਲਵਾ ਦਿਓ, ਕਿੰਨੀਆਂ ਆਈਆਂ ਕਿੰਨੀਆਂ ਵਿਕੀਆਂ ਕਿੰਨੇ ਦਾ ਬਿੱਲ ਕੱਟਿਆ, ਅਤੇ ਤੁਹਾਨੂੰ ਪਤਾ ਲੱਗ ਜੂਗਾ। ਸੋ ਇਸ ਕਰਕੇ ਉਹਦੀ ਜ਼ਰੂਰਤ ਹੈ ਜੇ ਇੰਪਲੋਇਮੈਂਟ ਵਧਾਉਣੀ ਹੈ, ਹੈ ਜੀ। ਹੁਣ ਤੁਸੀਂ 40,000 ਕਹਿੰਦੇ ਜੀ ਅਸੀਂ ਦੇਤੀ, 40,000 ਤਾਂ ਦਿੱਤੀ ਨਹੀਂ ਗਈ ਉਹਨੂੰ, ਪ੍ਰਾਈਵੇਟ ਨੂੰ ਵੀ ਵਿੱਚ ਪਾਈ ਜਾਂਦੇ ਹੋ ਤੁਸੀਂ ਡਾਟਾ। ਉਹ ਕਾਂਗਰਸ ਸਰਕਾਰ ਵੇਲੇ ਰੁਜ਼ਗਾਰ ਮੇਲੇ, ਹੈ ਨਾ, ਮੇਲਿਆਂ ਦਾ ਨਾਂ ਦੇ ਤਾਂ ਮੇਲੇ ਲੱਗਦੇ ਆ। ਸੋ ਦੂਜਾ ਹੈਗਾ ਪੱਕਾ ਰੁਜ਼ਗਾਰ ਦੇਣਾ ਨਾ, ਜਿਹਨੂੰ ਰੈਗੂਲਰ ਉਦੋਂ ਸਕੇਲ 'ਚ ਦੇਣਾ। ਹਾਲੇ ਤਾਂ ਬਹੁਤ ਸਾਰੇ ਮਸਲੇ ਜਿਹੜੇ ਆ ਮੁਲਾਜ਼ਮਾਂ ਦੇ ਪਏ ਆ, ਓਲਡ ਪੈਨਸ਼ਨ ਸਕੀਮ ਦਾ ਇਹਦੇ 'ਚ ਕੁਛ ਵੀ ਨਹੀਂ ਹੈ, ਉਹ ਕੱਲ੍ਹ ਵੀ ਰੌਲਾ ਪਾਉਂਦੇ ਸੀ। ਫਿਰ ਇਹਦੇ 'ਚ ਜਿਹੜੇ ਏਰੀਅਰ ਪਏ ਆ ਉਹਦੀ ਕੋਈ ਬਜਟ ਪ੍ਰੋਵੀਜ਼ਨ ਨਹੀਂ, ਕਿ 2016 ਤੋਂ ਅਗਲਾ ਆਉਣ ਵਾਲਾ ਸ਼ੁਰੂ ਹੋ ਗਿਆ 25 'ਚ, ਉਹ ਵੀ ਡਿਊ ਹੋ ਜਾਣਾ ਨੈਕਸਟ ਪੇ ਕਮਿਸ਼ਨ। ਲੇਕਿਨ ਜਿਹੜਾ ਪਿਛਲੇ ਹੈ ਉਹਨਾਂ ਦੇ ਏਰੀਅਰ ਨਹੀਂ, ਲੀਵ ਇਨ ਕੈਸ਼ਮੈਂਟ ਦੇ ਕਿਸੇ ਨੂੰ ਏਰੀਅਰ ਨਹੀਂ, ਜਿਹੜੇ ਗਵਰਨਮੈਂਟ ਮੁਲਾਜ਼ਮ ਰਿਟਾਇਰ ਹੋ ਗਏ, ਹੋਰ ਹੋ ਗਏ ਰਿਟਾਇਰਮੈਂਟ ਦੇ ਬੈਨੀਫਿਟਾਂ ਦਾ। ਫਿਰ DA ਦੇ ਜਿਹੜਾ ਉਹ ਅਨਾਊਂਸਮੈਂਟ ਨਹੀਂ, ਉਹਦੇ ਏਰੀਅਰ ਨਹੀਂ। ਸੋ ਬਹੁਤ ਕੁਛ ਹੋਰ ਵੀ ਪਿਆ ਜਿਹੜਾ ਕੁਛ ਹੈਣਾ। ਹੁਣ ਸਾਡਾ ਜਿਹੜਾ ਮਤਲਬ ਕਰਜ਼ਾ ਹੀ ਹੈ ਜਿਹੜੀ ਇਹਦੀ, ਤੁਸੀਂ ਲਾ ਲਓ ਵੀ ਵਿਆਜ ਅਤੇ ਆਪਣਾ ਪ੍ਰਿੰਸੀਪਲ 36,766 ਕਰੋੜ ਤਾਂ ਅਸੀਂ ਉਹੀ ਦਿੰਦੇ ਹਾਂ, 36,766 ਕਰੋੜ। ਇਹ ਆਲਮੋਸਟ ਮਤਲਬ ਜਿਹੜਾ ਬਜਟ ਖਰਚਾ ਸਾਡਾ ਉਹਦਾ 18-19-20% ਬਣ ਜਾਂਦਾ। ਸੋ ਇਸ ਕਰਕੇ ਬਹੁਤ ਵੱਡਾ ਕਰਜ਼ਾ ਅਤੇ ਉਹਦੇ ਵਿੱਚ ਬਹੁਤ ਵੱਡਾ ਵਿਆਜ ਪੈਂਦਾ। ਸੋ ਜੇ ਅਸੀਂ ਸਬਸਿਡੀ ਵੀ ਇਹਦੇ ਵਿੱਚ ਪਾ ਲਈਏ ਤਾਂ ਫਿਰ ਤਾਂ ਕਿਤੇ ਦਾ ਕਿਤੇ ਪਹੁੰਚ ਗਿਆ ਨਾ, ਅਤੇ ਫਿਰ ਪਿੱਛੇ ਰਹਿ ਕੀ ਜਾਂਦਾ? ਫਿਰ ਰੁਜ਼ਗਾਰ ਦੇਣਾ, ਖੇਤੀਬਾੜੀ ਦੀ ਕਾਇਆਕਲਪ ਕਰਨੀ, ਇੰਡਸਟਰੀ ਦਾ ਕਰਨਾ, ਉਹਦੇ ਲਈ ਇਨਫਰਾਸਟ੍ਰਕਚਰ ਡਿਵੈਲਪ ਕਰਨਾ, ਦਵਾਵਾਂ ਨੂੰ ਉਹ ਕਰਨਾ, ਉਹਦੇ 'ਚ ਫਿਰ ਤੁਹਾਡੀ ਕਪੈਸਿਟੀ ਨਹੀਂ ਰਹਿੰਦੀ, ਫਿਰ ਤੁਸੀਂ ਉਹ ਕੁਛ ਨਹੀਂ ਕਰ ਸਕਦੇ। ਸੋ ਇਸ ਲਈ ਸਰਕਾਰ ਨੂੰ ਨੀਤੀਗਤ ਫੈਸਲੇ ਲੈ ਕੇ ਆਪਣੀ ਜਿਹੜੀ ਵਿੱਤੀ ਹਾਲਤ ਹੈ ਨਾ ਉਹ ਸੁਧਾਰਨੀ ਚਾਹੀਦੀ ਹੈ, ਤਾਂ ਕਿ ਲੋਕਾਂ ਪ੍ਰਤੀ ਲੋਕਾਂ ਦੇ ਪ੍ਰੋ ਖਰਚਾ ਕਰਕੇ ਇਹ ਹੋ ਸਕੇ ਕਿ ਪੰਜਾਬ ਦਾ ਸੁਧਾਰ ਹੋ ਸਕੇ, ਪੰਜਾਬ ਦੀ ਤਰੱਕੀ ਹੋ ਸਕੇ। ਜੀ ਬਿਲਕੁਲ ਬਿਲਕੁਲ, ਪ੍ਰੋ ਪੀਪਲ ਹੋਵੇ ਸਾਰਾ ਕੁਛ, ਐਂਟੀ ਪੀਪਲ ਨਾ ਹੋਵੇ। ਜੀ ਬਿਲਕੁਲ ਟਵਾਣਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ। ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਲੋਕਾਂ ਨੂੰ ਦੱਸਿਆ ਕਿ ਬਜਟ ਤੋਂ ਉਸ ਤਰ੍ਹਾਂ ਦੀ ਉਮੀਦਾਂ ਨਾ ਰੱਖੋ। ਜੀ ਧੰਨਵਾਦ ਤੁਹਾਡਾ। ਧੰਨਵਾਦ ਜੀ, ਸ਼ੁਕਰੀਆ ਜੀ।
ਦੋਸਤੋ ਮੇਰੇ ਨਾਲ ਆਰਥਿਕ ਮਾਹਿਰ ਡਾਕਟਰ ਬਲਵਿੰਦਰ ਸਿੰਘ ਟਵਾਣਾ ਸਾਹਿਬ ਜੁੜੇ ਹੋਏ ਸੀ। ਬਜਟ ਸਰਕਾਰ ਲੈ ਕੇ ਆਏ ਸੀ, ਉਸ ਬਜਟ ਦੇ ਵਿੱਚ ਕੀ ਹੈ ਉਹ ਅਸੀਂ ਤੁਹਾਡੇ ਤੱਕ ਲੈ ਕੇ ਆਏ।